ਦਾਸ ਬੋਲਦਾ ਹੈ ਫਿਰ ਸਭ ਸਿੰਘ ਬੋਲੋ ਫਿਰ ਭੈਣਾ ਗੱਜ ਕੇ ਬੋਲਿਆ ਕਰੋ ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ ਤੇਰਾ ਗਾਵੇ ਉਹ ਜਸ ਤੇਰਾ ਗਾਵੇ
Yeah.
ਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ, ਗੁਰੂ ਖਾਲਸਾ ਸਤਿਸੰਗ ਜੀ, ਸਾਰੇ ਰਸਨਾ ਪਵਿੱਤਰ ਕਰੋ। ਇੱਕ ਵਾਰੀ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਮਹਾਨ ਕਿਰਪਾ ਕੀਤੀ ਹੈ, ਜੋ ਇਸ ਪਾਵਨ ਪਵਿੱਤਰ ਅਸਥਾਨ ਉੱਤੇ ਜਿੱਥੇ ਮਹਾਂਪੁਰਖਾਂ ਨੇ ਬਹੁਤ ਤਪ ਕੀਤਾ ਹੈ, ਬੰਦਗੀ ਕੀਤੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਪੁੱਜੇ। ਬਹੁਤ ਉੱਤਮ ਕਰਮ ਹੁੰਦੇ ਨੇ ਗੁਰੂ ਕੋ ਤਾਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਭਾਗਾਂ ਵਾਲੇ ਆ ਜਿਹੜੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਨੇ। ਮੈਂ ਜਦੋਂ ਪਹਿਲੀ ਵਾਰ ਇੰਗਲੈਂਡ ਵਿੱਚ ਆਇਆ ਸਾਂ 2005 ਵਿੱਚ, ਤਕਰੀਬਨ 6 ਸਾਲ ਹੋ ਗਏ ਆ ਪਹਿਲੀ ਵਾਰ ਆਏ, ਜਦੋਂ ਪਹਿਲੀ ਵਾਰ ਇੰਗਲੈਂਡ ਵਿੱਚ ਹਾਜ਼ਰੀ ਜਦੋਂ ਭਰੀ ਇਸੇ ਗੁਰਦੁਆਰਾ ਸਾਹਿਬ ਭਰੀ, ਤਕਰੀਬਨ 6 ਸਾਲ ਹੋ ਗਏ। ਥੋੜ੍ਹੇ ਮਿੰਟਾਂ ਵਾਸਤੇ ਆਏ ਸਾਂ, ਪਰ ਪਹਿਲਾਂ ਇੱਥੇ ਹਾਜ਼ਰੀ ਭਰ ਕੇ ਉਸ ਤੋਂ ਬਾਅਦ ਫਿਰ ਅੱਗੇ ਪ੍ਰੋਗਰਾਮ ਹੋਏ। ਉਸ ਵੇਲੇ ਵੀ ਇਸ ਅਸਥਾਨ ਦੇ ਮੁੱਖ ਸੇਵਾਦਾਰ ਜਥੇ ਦੇ ਜਥੇਦਾਰ ਜਿਹੜੇ ਸਤਿਗੁਰੂ ਨੂੰ ਭਾ ਗਏ ਨੇ, ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਉਹਨਾਂ ਨੇ ਬਹੁਤ ਪਿਆਰ ਬਖਸ਼ਿਆ। ਔਰ ਇਸ ਵਾਰੀ ਫਿਰ ਮੇਰੀ ਸਿਹਤ ਖਰਾਬ ਹੋਣ ਕਰਕੇ ਥੋੜ੍ਹੇ ਦਿਨ ਪਹਿਲਾਂ ਆਏ, ਫਿਰ ਮੈਨੂੰ ਵਾਪਸ ਜਾਣਾ ਪੈ ਗਿਆ। ਅਤੇ ਮੇਰਾ ਮਨ ਕਹਿੰਦਾ ਸੀ ਵੀ ਸ਼ਾਇਦ ਇਸ ਵਾਰੀ ਹੁਣ ਪੂਰਾ ਟੂਰ ਨਹੀਂ ਲੱਗ ਸਕਣਾ, ਮੇਰੇ ਤੋਂ ਸ਼ਾਇਦ ਵਾਪਸ ਨਾ ਆਇਆ ਜਾਏ। ਮੈਂ ਸੋਚ ਕੇ ਹੀ ਗਿਆ ਸਾਂ ਵੀ ਸ਼ਾਇਦ ਨਹੀਂ ਆਇਆ ਜਾਏਗਾ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਜਾਂ ਮਹਾਂਪੁਰਖਾਂ ਨੇ ਖਿੱਚ ਪਾ ਦਿੱਤੀ, ਜਾਂ ਇਹ ਕਹਿ ਲਓ ਵੀ ਕੱਲ ਤੋਂ ਫੜ ਕੇ ਬਿਠਾ ਦਿੱਤਾ ਇੱਥੇ ਹਾਜ਼ਰੀ ਭਰਨ ਵਾਸਤੇ, ਮੈਂ ਫਿਰ ਆ ਗਿਆ। ਨਹੀਂ ਤੇ ਸ਼ਾਇਦ ਨਾ ਆਇਆ ਜਾਂਦਾ, ਇਹ ਉਹਨਾਂ ਦੀ ਅਸੀਸ ਹੈ ਜਾਂ ਆਪ ਸੰਗਤਾਂ ਦਾ ਪਿਆਰ ਹੈ ਜਿਹੜਾ ਖਿੱਚ ਕੇ ਲੈ ਆਇਆ ਵਾ। ਮੈਂ ਅੱਜ ਹੀ ਉਤਰਿਆ ਏਅਰਪੋਰਟ ਤੋਂ, ਥੋੜ੍ਹਾ ਹੀ ਬਸ ਇਸ਼ਨਾਨ ਵਗੈਰਾ ਕਰਕੇ ਹੀ ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆ। ਸੋ ਜਿਤਨਾ ਕੁ ਸਮਾਂ ਹਾਜ਼ਰੀ ਭਰ ਸਕਾਂਗਾ ਆਪ ਜੀ ਨੇ ਪ੍ਰਵਾਨ ਕਰਨੀ। ਨਿਸ਼ਕਾਮਤਾ ਹੋਣੀ ਇਹ ਬੜੀ ਮੁਸ਼ਕਲ ਬਾਤ ਹੈ। ਅਸੀਂ ਸੇਵਾ ਕਰਨੇ ਹਾਂ ਤਾਂ ਇੱਛਾ ਰੱਖਣੇ, ਬਾਣੀ ਪੜ੍ਹਦੇ ਹਾਂ ਤਾਂ ਇੱਛਾ ਰੱਖਣੇ। ਮੈਂ ਇੰਨਾ ਨਿਤਨੇਮ ਕੀਤਾ ਹੈ ਕੀ ਮਿਲੇਗਾ, ਮੈਂ ਇੰਨੇ ਪਾਠ ਕਰਾਂਗਾ ਮੈਨੂੰ ਕੀ ਮਿਲੇਗਾ, ਇੰਨੀ ਸੇਵਾ ਕਰ ਕੀਤੀ ਮੈਨੂੰ ਕੀ ਮਿਲਿਆ, ਜੇ ਮੈਂ ਅੱਗੇ ਕਰਾਂਗਾ ਮੈਨੂੰ ਕੀ ਮਿਲੇਗਾ। ਬਸ ਹਮੇਸ਼ਾ ਇਹ ਇੱਛਾ ਬਣੀ ਰਹਿੰਦੀ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਨਿਰਵਾਣਤਾ ਨਿਸ਼ਕਾਮਤਾ ਕਹਿ ਲਓ, ਕੀਰਤਨ ਹੋਵੇ ਕੀਰਤੀ ਹੋਵੇ ਤਾਂ ਨਿਰਵਾਣਤਾ ਹੋਵੇ, ਨਿਸ਼ਕਾਮ ਹੋਵੇ ਸੇਵਾ ਹੋਵੇ ਤਾਂ ਨਿਸ਼ਕਾਮ ਹੋਵੇ, ਤਾਂ ਹੀ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋਈਦਾ। ਜਦੋਂ ਅਸੀਂ ਇੱਛਾ ਰੱਖ ਲੈਂਦੇ ਹਾਂ, ਡਿਮਾਂਡ ਰੱਖ ਲੈਂਦੇ ਹਾਂ, ਉਹ ਵਿਚਾਲੇ ਕੰਧ ਬਣ ਜਾਂਦੀ ਹੈ, ਪਰਦਾ ਬਣ ਜਾਂਦੀ ਹੈ, ਬਸ ਫਿਰ ਇੱਛਾ ਤੇ ਪੂਰੀ ਹੋ ਜਾਏਗੀ, ਅਸਲ ਪ੍ਰਾਪਤੀ ਨਹੀਂ ਹੋ ਸਕਦੀ। ਅਸਲੀ ਆਨੰਦ ਲੈਣਾ ਹੈ, ਅਸਲੀ ਰਸ ਪ੍ਰਾਪਤ ਕਰਨਾ ਹੈ, ਸ਼ਿਖਰ ਤੱਕ ਪਹੁੰਚਣਾ ਹੈ, ਜਾਂ ਜਿਹਨੂੰ ਬੰਦਗੀ ਵਾਲੇ ਮੰਜ਼ਲੇ ਮਕਸੂਦ ਕਹਿੰਦੇ ਨੇ ਉੱਥੋਂ ਤੱਕ ਪਹੁੰਚਣਾ ਹੈ, ਫਿਰ ਨਿਸ਼ਕਾਮਤਾ ਹੋਣੀ ਲਾਜ਼ਮੀ ਹੈ, ਬੜੀ ਜ਼ਰੂਰੀ ਹੈ। ਤੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਘਰ ਵਿੱਚ ਨਿਸ਼ਕਾਮਤਾ ਨਾਲ ਸੇਵਾ ਕੀਤੀ ਉਹਨਾਂ ਦੀ ਸੇਵਾ ਥਾਏ ਪਈ।
ਕਈ ਵਾਰੀ ਅਸੀਂ ਇਤਿਹਾਸ ਵੇਖਦੇ ਹਾਂ ਤੇ ਹੈਰਾਨ ਹੋ ਜਾਂਦੇ ਹਾਂ ਪੁਰਾਤਨ ਗੁਰਸਿੱਖਾਂ ਦਾ ਜੀਵਨ ਪੜ੍ਹ ਕੇ। ਉਹਨਾਂ ਦੇ ਨਾਵਾਂ ਨਾਲ ਵੀ ਸਿੰਘ ਲੱਗਾ ਸੀ, ਸਾਡੇ ਨਾਵਾਂ ਨਾਲ ਵੀ ਸਿੰਘ ਲੱਗਾ ਹੈ। ਉਹਨਾਂ ਨੂੰ ਲੋਕ ਸੇਵਾਦਾਰ ਕਹਿੰਦੇ ਸਨ, ਸਾਡੇ ਪਹਿਰਾਵੇ ਕੱਪੜੇ ਵੇਖ ਕੇ ਸਾਨੂੰ ਵੀ ਲੋਕ ਸੇਵਾਦਾਰ ਕਹੀ ਜਾਂਦੇ ਨੇ, ਪਰ ਉਹਨਾਂ ਸੇਵਾਦਾਰਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਬਣ ਸਕਦੇ ਭਾਵੇਂ ਸੈਂਕੜੇ ਜਨਮ ਲੈ ਕੇ ਗੁਰੂ ਘਰ ਦੀ ਸੇਵਾ ਕਰਦੇ ਰਹੀ। ਐਸੇ ਐਸੇ ਸੇਵਾਦਾਰ ਗੁਰੂ ਘਰ ਚ, ਐਡੀ ਐਡੀ ਕਰੜੀ ਘਾਲਣਾ ਉਹਨਾਂ ਨੇ ਘਾਲੀ, ਹੈਰਾਨ ਹੋ ਜਾਈਦਾ ਹੈ ਵੀ ਏਦਾਂ ਵੀ ਹੋ ਸਕਦਾ, ਐਡੀ ਸੇਵਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਸਾਰਾ ਜੀਵਨ ਹੀ ਕੁਰਬਾਨੀਆਂ ਭਰਿਆ ਹੈ, ਜਿਨ੍ਹਾਂ ਦੀ ਬਾਬਤ ਕਈ ਮੁਸਲਮਾਨ ਫਕੀਰਾਂ ਨੇ ਹੁਣ ਆਪਣੇ ਤੇ ਲਿਖਾਰੀ ਸੋਭਾ ਕਰਦੇ ਨੇ, ਮੁਸਲਮਾਨ ਜੋ ਵੀ ਅੱਲਾ ਯਾਰ ਖਾਂ ਵਰਗੇ ਵੀ ਰਹਿ ਨਾ ਸਕੇ, ਬੜੀ ਸਿਫਤ ਕੀਤੀ ਉਹਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਇੱਥੋਂ ਤੱਕ ਵੀ ਸੁਣਿਆ ਕਿ ਫਤਵਾ ਲਾ ਦਿੱਤਾ ਸੀ ਯੋਗੀ ਅੱਲਾ ਯਾਰ ਖਾਂ, ਜਦੋਂ ਕਹਿੰਦੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦਾ ਸੀ ਨਾ। ਹੁਣ ਵੀ ਜੇ ਯੋਗੀ ਅੱਲਾ ਯਾਰ ਖਾਂ ਦੀਆਂ ਤੁਸੀਂ ਲਿਖਤਾਂ ਪੜ੍ਹੋ ਤੇ ਪੱਥਰ ਦੇਣੀ ਹੋਏਗਾ ਜਿਹੜਾ ਨਾ ਦਰਵੇ, ਜਿਹਦੇ ਤੇ ਅਸਰ ਨਾ ਹੋਵੇ, ਇੱਕਦਮ ਹਿਰਦਾ ਪਿਘਲ ਜਾਂਦਾ ਹੈ। ਤੇ ਜਦੋਂ ਉਹ ਆਪ ਸਨ ਤੇ ਆਪ ਹੀ ਪੜ੍ਹਦੇ ਸਨ ਨਾ, ਇੱਕ ਦਫ਼ਾ ਇੱਕ ਸਭਾ ਦੇ ਵਿੱਚ ਯੋਗੀ ਅੱਲਾ ਯਾਰ ਖਾਂ ਨੇ ਆਪਣੀਆਂ ਲਿਖੀਆਂ ਕਵਿਤਾਵਾਂ ਜਾਂ ਮਨ ਦਾ ਜੀਵਨ ਆਪ ਪੜ੍ਹਿਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣਾਈ। ਕਹਿੰਦੇ ਨੇ ਦਰਬਾਰ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਬੈਠਾ ਸੀ, ਤਿੰਨ ਵਾਰੀ ਉਹਨੇ ਰੁਮਾਲ ਬਦਲਿਆ, ਇੰਨਾ ਵੈਰਾਗ ਹੈ, ਤਿੰਨ ਵਾਰੀ ਇੰਨਾ ਰੋਇਆ। ਨਾਭੇ ਵਾਲਾ ਰਾਜਾ ਬੈਠਾ ਸੀ ਹੀਰਾ ਸਿੰਘ, ਵਿਆਕੁਲ ਹੋ ਗਿਆ ਸੁਣ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਤੜਫ ਗਿਆ ਮਨ ਵੀ ਇਹੋ ਜਿਹਾ ਇਤਿਹਾਸ ਹੈ ਸਾਡਾ। ਤੇ ਉਸ ਵੇਲੇ ਫਤਵਾ ਲਾ ਦਿੱਤਾ ਸੀ ਬੁਲਾ ਕੇ ਮਸੀਤ ਵਿੱਚ ਯੋਗੀ ਅੱਲਾ ਯਾਰ ਖਾਂ, ਕਹਿੰਦੇ ਤੂੰ ਹੋ ਕੇ ਮੁਸਲਮਾਨ ਗੁਰੂ ਗੋਬਿੰਦ ਸਿੰਘ ਦੀ ਇੰਨੀ ਸੋਭਾ ਕਰਨਾ ਹੈ। ਉਸ ਵੇਲੇ ਕਹਿੰਦੇ ਨੇ ਸਵੇਰੇ ਮਸੀਤ ਵਿੱਚ ਆਏਗਾ ਤੇ ਅਸੀਂ ਕੱਲ ਨੂੰ ਤੈਨੂੰ ਫਤਵਾ ਲਾਵਾਂਗੇ, ਯੋਗੀ ਅੱਲਾ ਯਾਰ ਖਾਂ ਗਿਆ ਹੀ ਨਹੀਂ, ਉਸੀ ਘਰ ਹੀ ਬੈਠਾ ਰਿਹਾ। ਜਦੋਂ ਬਿਲਕੁਲ ਬਜ਼ੁਰਗ ਹੋ ਗਿਆ, ਵਕਤ ਅਖੀਰ ਆ ਗਿਆ, ਪਤਾ ਵੀ ਹੁਣ ਚਲੇ ਜਾਣਾ ਹੈ, ਕਹਿੰਦੇ ਨੇ ਕੁਛ ਮੁਸਲਮਾਨ ਕਾਜੀ ਇਕੱਠੇ ਹੋ ਕੇ ਗਏ ਯੋਗੀ ਅੱਲਾ ਯਾਰ ਖਾਂ, ਕਹਿੰਦੇ ਉਹ ਗੱਲ ਸੁਣ, ਏਦਾਂ ਹੀ ਜਾਏਗਾ, ਮਰਨ ਤੋਂ ਪਹਿਲਾਂ ਪਹਿਲਾਂ ਆ ਜਾ ਮਸੀਤੇ, ਬਖਸ਼ਾ ਲੈ ਭੁੱਲ, ਆ ਕੇ ਮਾਫ਼ੀ ਮੰਗ ਲੈ, ਏਦਾਂ ਹੀ ਜਾਏਗਾ। ਯੋਗੀ ਅੱਲਾ ਯਾਰ ਖਾਂ ਕਹਿਣ ਲੱਗਾ, ਮਸੀਤ ਵਿੱਚ ਮੈਂ ਨਹੀਂ ਵੜਿਆ, ਤੁਸੀਂ ਮੈਨੂੰ ਮਸੀਤ ਵਿੱਚ ਵੜਨ ਤੋਂ ਮਨਾਹੀ ਕਰ ਦਿੱਤੀ, ਪਰ ਮੈਂ ਨਮਾਜ਼ ਆਪਣੇ ਘਰ 'ਚ ਅਦਾ ਕਰਦਾ ਰਿਹਾ, ਪੜ੍ਹਦਾ ਰਿਹਾ। ਮਸੀਤ ਵਿੱਚ ਕਹਿੰਦੇ ਹੋ ਮੈਂ ਆਉਣ ਨੂੰ ਤਿਆਰ ਹਾਂ, ਪਰ ਮੈਂ ਮਾਫ਼ੀ ਕੋਈ ਨਹੀਂ ਮੰਗਣੀ। ਕਹਿੰਦੇ ਮਾਫ਼ੀ ਕਿਉਂ ਨਹੀਂ ਮੰਗਣੀ? ਯੋਗੀ ਅੱਲਾ ਯਾਰ ਖਾਂ ਆਖਣ ਲੱਗਾ, ਜੋ ਆਖਿਆ ਉਹਦੇ ਵਿੱਚ ਝੂਠ ਕੋਈ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦੀ ਸੋਭਾ ਕੀਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਵਾਸਤੇ ਮੈਂ ਜੋ ਲਿਖਿਆ ਹੈ ਇਹ ਤੇ ਬਹੁਤ ਥੋੜਾ ਲਿਖਿਆ ਹੈ, ਆਖੋ ਸਤਿਨਾਮ। ਮੁਸਲਮਾਨ ਉਹ ਆਮ ਭਰੇ ਦਰਬਾਰ ਵਿੱਚ ਕਹਿੰਦਾ ਹੁੰਦਾ ਸੀ, ਠੀਕ ਹੈ ਇਤਿਹਾਸ ਬੜੇ ਨੇ, ਬੜਾ ਕੁਛ ਲਿਖਿਆ ਇਤਿਹਾਸਕਾਰਾਂ ਨੇ, ਬੜੇ ਬੜੇ ਪੀਰ ਪੈਗੰਬਰ ਔਲੀਏ ਅਵਤਾਰ ਹੋਏ ਆ, ਜੇ ਪੂਰਨਮਾਸ਼ੀ ਦੀ ਰਾਤ ਹੋਵੇ, ਚੰਦਰਮਾ ਆਕਾਸ਼ ਵਿੱਚ ਚਮਕਦਾ ਹੈ, ਤਾਰੇ ਚਮਕਦੇ ਨੇ, ਉਹ ਕਹਿੰਦਾ ਹੁੰਦਾ ਸੀ ਪੂਰਨਮਾਸ਼ੀ ਵਾਲੀ ਰਾਤ ਨੂੰ ਆਕਾਸ਼ ਵਿੱਚੋਂ ਜੇ ਚੰਦਰਮਾ ਕੱਢ ਦਿੱਤਾ ਜਾਏ ਤੇ ਮਗਰ ਕੀ ਰਹਿ ਜਾਏਗਾ, ਕਿਉਂਕਿ ਰੋਸ਼ਨੀ ਤੇ ਰੋਜ਼ ਹੀ ਹੁੰਦੀ ਹੈ, ਤਾਰੇ ਤੇ ਰੋਜ਼ ਹੀ ਹੁੰਦੇ ਨੇ। ਪੂਰਨਮਾਸ਼ੀ ਵਾਲੀ ਰਾਤ ਨੂੰ ਚਾਨਣ ਇਸ ਕਰਕੇ ਹੈ ਕਿਉਂਕਿ ਚੰਦਰਮਾ ਪੂਰਾ ਹੁੰਦਾ ਪੂਰਨਮਾਸ਼ੀ ਵਾਲੀ ਰਾਤ ਨੂੰ। ਉਸ ਵੇਲੇ ਯੋਗੀ ਅੱਲਾ ਯਾਰ ਖਾਂ ਨੇ ਕਹਿਣਾ ਪੂਰਨਮਾਸ਼ੀ ਵਾਲੀ ਰਾਤ ਨੂੰ
ਚੰਦਰਮਾ ਆਕਾਸ਼ ਵਿੱਚੋਂ ਕੱਢ ਦਿੱਤਾ ਜਾਏ ਤੇ ਮਗਰ ਕੀ ਰਹਿ ਜਾਏਗਾ? ਕਹਿੰਦੇ ਕੁਝ ਵੀ ਨਹੀਂ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਸਾਰੀ ਦੁਨੀਆਂ ਦੇ ਇਤਿਹਾਸ ਵਿੱਚੋਂ ਜੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਕੱਢ ਦਿਓਗੇ ਤੇ ਮਗਰ ਕੀ ਰਹਿ ਜਾਏਗਾ? ਕਹਿੰਦੇ ਕੁਝ ਵੀ ਨਹੀਂ। ਹੈ ਸਭ ਚੰਗੇ, ਸਰਵ ਧਰਮ ਸਤਿਕਾਰ ਕਰਨ ਯੋਗ ਨੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਜੀਵਨ ਹੈ ਉਹ ਬੜਾ ਵਿਲੱਖਣ ਹੈ, ਕੋਈ ਮੁਕਾਬਲਾ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਰਗਾ ਜਿਗਰਾ, ਉਹਨਾਂ ਵਰਗਾ ਪੈਗੰਬਰ, ਉਹਨਾਂ ਵਰਗਾ ਦਿਲ ਨਹੀਂ ਹੋ ਸਕਦਾ ਕਿਸੇ ਦਾ। ਵੇਖੇ ਬੜੇ ਦਿਲਾਵਰ ਪੈ ਦਿਲਾਂ ਵਾਲੇ, ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ। ਵੇਖੇ ਦਿਲ ਕਈ ਸੰਤ ਮਹਾਤਮਾ ਦੇ, ਵਲੀ ਗੌਸ ਤੇ ਪੀਰ ਅਵਤਾਰ ਦਾ ਦਿਲ। ਦੇਖੇ ਦਿਲ ਕਈ ਪੀਰ ਪੈਗੰਬਰਾਂ ਦੇ, ਮਹਾਰਥੀ ਤੇ ਬਲੀ ਬਲਕਾਰ ਦਾ ਦਿਲ। ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ, ਦੇਖਿਆ ਕਲਗੀ ਧਰ ਅਵਤਾਰ ਦਾ ਦਿਲ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਰਗਾ ਜਿਗਰਾ, ਉਹਨਾਂ ਵਰਗਾ ਦਿਲ ਨਹੀਂ ਹੋ ਸਕਦਾ ਕਿਸੇ ਦਾ। ਉਹਨਾਂ ਵਰਗਾ ਪੈਗੰਬਰ ਮਿਲਣਾ ਬੜਾ ਮੁਸ਼ਕਲ ਹੈ। ਇਸੇ ਕਰਕੇ ਹਮੇਸ਼ਾ ਤੁਹਾਡੇ ਚਰਨਾਂ 'ਚ ਅਰਜ ਕੀਤੀ ਹੈ, ਕਿਸੇ ਪਾਸਿਓ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਤੱਕੋ, ਉਹ ਹਰ ਪਾਸਿਓ ਪੂਰੇ ਹੀ ਪੂਰੇ ਸੀ। ਆ ਜਿਹੜਾ ਬਚਨ ਪੜ੍ਹਦੇ ਆ ਨਾ, ਪੂਰਾ ਪ੍ਰਭਿਆ ਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਜਦੋਂ ਗੁਰੂ ਗੋਬਿੰਦ ਸਿੰਘ ਦੇ ਗੁਣ ਗਾਉਂਦੇ ਆ, ਰਤੀ ਭਰ ਵੀ ਸ਼ੱਕ ਨਹੀਂ ਹੋਣਾ ਚਾਹੀਦਾ, ਇਹ ਪੂਰੇ ਦੇ ਗੁਣ ਨੇ, ਪੂਰੇ ਦੇ। ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਰਗਾ। ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ ਸਾਹਮਣੇ ਦੀ।
ਨਾ ਕੋਈ ਆਇਆ। ਅਕਾਲ ਪੁਰਖ ਦੀ ਜਾਹਰਾ ਪੂਰਤ ਗੁਰ ਗੋਬਿੰਦ ਕਹਾਇਆ, ਦਿੱਲੀ ਦੇ ਵੱਲ ਪਿਤਾ ਤੁਰ ਕੇ ਡੁੱਬਦਾ ਧਰਮ ਬਚਾਇਆ, ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫਿਰ ਵੀ ਸ਼ੁਕਰ ਮਨਾਇਆ, ਤਾਂਹੀਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਿਵਾਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਰੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਮੁਨੀ ਨਿਧਾਨ। ਕਿੰਨੇ ਕੁ ਗੁਣ ਬਿਆਨ ਕੀਤੇ ਜਾਣ ਸੱਚੇ ਪਾਤਸ਼ਾਹ ਨੇ, ਉਹਨਾਂ ਵਰਗਾ ਰਾਜਾ, ਉਹਨਾਂ ਵਰਗਾ ਜੋਗੀ, ਉਹਨਾਂ ਵਰਗਾ ਫਕੀਰ ਤਪਸਵੀ, ਉਹਨਾਂ ਵਰਗਾ ਨਿਮਰਤਾ ਵਾਲਾ ਕੋਈ ਨੀ। ਇੰਨੇ ਗੁਣ ਹੋਣ ਦੇ ਬਾਵਜੂਦ ਵੀ ਕਹਿੰਦੇ ਆ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮਾਣ ਹੁੰਦਿਆਂ ਨਿਮਾਣੇ ਰਹਿਣਾ, ਇਹ ਬੜੀ ਵੱਡੀ ਗੱਲ ਆ। ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਜਿਸ ਜਗ੍ਹਾ ਸਾਹਿਬਜ਼ਾਦੇ ਸ਼ਹੀਦ ਹੋਏ ਵੱਡੇ, ਚਮਕੌਰ ਸਾਹਿਬ ਦੀ ਧਰਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। 6 ਪੋਹ ਦੀ ਰਾਤ ਨੂੰ ਤੇ 7 ਦੀ ਸਵੇਰ ਨੂੰ ਮਹਾਰਾਜ ਸਰਸਾ ਦੇ ਕੰਢੇ ਤੇ ਪਹੁੰਚੇ ਸੀ। ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਇਕਾਗਰਤਾ ਜ਼ਰੂਰ ਬਣਾ ਕੇ ਰੱਖਿਓ, ਬਿਲਕੁਲ ਰੌਲੇ ਦੀ ਆਵਾਜ਼ ਕਿਸੇ ਪਾਸਿਓਂ ਨਾ ਆਵੇ। ਦੂਜੀ ਗੱਲ, ਜਿੰਨੀ ਸੰਗਤ ਬੈਠੀ ਹੈ, ਕੋਈ ਆਵੇ ਕੋਈ ਮੱਥਾ ਟੇਕ ਕੇ ਬੈਠੇ, ਆਪਣਾ ਧਿਆਨ ਪੂਰਾ ਜੋੜ ਕੇ ਰੱਖਿਓ। ਜਦੋਂ ਇਤਿਹਾਸ ਚੱਲਦਾ ਹੈ ਨਾ, ਇੱਦਾਂ ਲੱਗਣਾ ਚਾਹੀਦਾ ਵੀ ਸਾਡੇ ਸਾਹਮਣੇ ਹੀ ਹੋ ਰਿਹਾ ਸਾਰਾ। ਸੁਪਨ ਦਰਸ਼ਨ ਵੀ ਹੁੰਦੇ ਨੇ, ਸ਼ਬਦ ਦਰਸ਼ਨ ਵੀ ਹੁੰਦੇ ਨੇ, ਸ਼ਬਦ ਦਰਸ਼ਨ ਵੀ ਹੁੰਦੇ ਨੇ, ਸੁਪਨ ਦਰਸ਼ਨ ਵੀ ਹੁੰਦੇ ਨੇ, ਸੁਰਤ ਦਰਸ਼ਨ ਵੀ ਹੁੰਦੇ ਨੇ, ਪ੍ਰਤੱਖ ਦਰਸ਼ਨ ਵੀ ਹੁੰਦੇ ਨੇ। ਜਦੋਂ ਅਸੀਂ ਇਤਿਹਾਸ ਸੁਣਦੇ ਹਾਂ ਨਾ ਗੁਰਮੁਖੋ, ਤੇ ਸੁਰਤ ਸਾਡੀ ਉਸ ਸਮੇਂ ਉਸ ਵੇਲੇ ਦੇ ਇਤਿਹਾਸ ਨੂੰ ਸੁਣਦੇ ਹਾਂ, ਉਹ ਸਾਰਾ ਕੁਝ ਨਕਸ਼ਾ ਸਾਹਮਣੇ ਲੈ ਆਉਣਾ ਚਾਹੀਦਾ ਹੈ। ਇਹ ਸੁਰਤ ਦਰਸ਼ਨ ਨੇ, ਅੱਖਾਂ ਬੰਦ ਕਰਕੇ ਇਹਦਾ ਸੁਰਤੀ ਕਰਕੇ ਦਰਸ਼ਨ ਕਰਨੇ। ਜਿਹੜਾ ਬੰਦਾ ਇਕਾਗਰਤਾ ਬਣਾ ਕੇ ਦੀਵਾਨ ਵਿੱਚ ਸਤਸੰਗ ਵਿੱਚ ਬਹਿੰਦਾ, ਫਿਰ ਉਹਨੂੰ ਸੁਪਨ ਦਰਸ਼ਨ ਵੀ ਹੁੰਦੇ ਨੇ। ਕਈ ਵਾਰੀ ਜਿਹੜਾ ਬਹੁਤਾ ਹੀ ਬਿਬਲ ਹੋਵੇ, ਸੁਪਨੇ 'ਚ ਵੀ ਸੁਪਨ ਚਰਿੱਤਰ ਚਿੱਤਰ ਬਾਲਕ ਬਣੇ, ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ, ਏਦਾਂ ਵੀ ਮਿਹਰ ਹੋ ਜਾਂਦੀ। ਪਰਮ ਦਿਆਲ ਲਾਲ ਲੋਚਨ ਮਸਾਲ, ਮੁੱਖ ਬਚਨ ਰਸਾਲ, ਮਧੂ ਮਧਰ ਪਿਆਏ। ਕਈ ਵਾਰੀ ਕਿਰਪਾ ਹੁੰਦੀ ਹੈ ਜਿਹੜਾ ਸੁਰਤ ਦਰਸ਼ਨ ਕਰਦਾ। ਪੂਰੀ ਇਕਾਗਰਤਾ ਹੀ ਉਦੋਂ ਹੈ ਜਦੋਂ ਦੀਵਾਨ 'ਚ ਬੈਠੇ ਹੋਈਏ, ਇਤਿਹਾਸ ਚੱਲੇ, ਸਾਡੇ ਨੂੰ ਏਦਾਂ ਲੱਗੇ ਵੀ ਸਾਡੇ ਸਾਹਮਣੇ ਫਿਲਮ ਚੱਲਦੀ ਹੈ, ਸਾਹਮਣੇ ਹੀ ਹੈ, ਨਕਸ਼ਾ ਬਣ ਜਾਏ, ਫਿਰ ਆਨੰਦ ਆਉਂਦਾ। ਇਸ ਕਰਕੇ ਅਰਜ ਹੈ ਕਿ ਪੂਰੀ ਇਕਾਗਰਤਾ ਬਣਾਇਓ ਜਾਏ। 6 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ 7 ਪੋਹ ਨੂੰ ਅੰਮ੍ਰਿਤ ਵੇਲੇ ਮਹਾਰਾਜ ਸਰਸਾ ਦੇ ਕੰਢੇ ਤੇ ਪਹੁੰਚੇ। ਬੜਾ ਵੱਡਾ ਕਾਫਲਾ ਸੀ, ਅਨੰਦਪੁਰ ਸਾਹਿਬ ਛੱਡਣਾ ਪਿਆ। ਪਹਾੜੀ ਰਾਜੇ ਤੰਗ ਕਰਦੇ ਸਨ, ਨਾ ਕੋਈ ਚੀਜ਼ ਅੰਦਰ ਜਾਂਦੀ ਸੀ, ਨਾ ਕੁਝ ਬਾਹਰ ਜਾਣ ਦਿੰਦੇ ਸਨ। ਭੁੱਖੇ ਵਿਆਕੁਲ ਸਿੰਘਾਂ ਨੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ, ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਚੱਲੀਏ। ਸਤਿਗੁਰੂ ਨਹੀਂ ਸਨ ਮੰਨਦੇ ਬਹੁਤਾ ਜ਼ੋਰ ਪਾਉਣ ਤੇ, ਫਿਰ ਕਈ ਸਿਦਕੋ ਹਾਰ ਬੈਠੇ ਸਨ, ਛੱਡ ਕੇ ਵੀ ਚਲੇ ਗਏ ਸਤਿਗੁਰਾਂ ਨੂੰ, ਭਾਵੇਂ ਬਾਅਦ ਵਿੱਚ ਆ ਕੇ ਵਧਾਵਾ ਪੜਵਾ ਲਿਆ। ਕਰੀ ਲਿਖ ਗਏ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ। ਬਹੁਤਾ ਮਜਬੂਰ ਕਰਨ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਅਨੰਦਪੁਰ ਦਾ ਕਿਲ੍ਹਾ ਛੱਡਿਆ। 6 ਪੋਹ ਦੀ ਰਾਤ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਦੇ ਨੇ ਤੇ 7 ਪੋਹ ਦੀ ਅੰਮ੍ਰਿਤ ਵੇਲੇ ਸਰਸਾ ਦੇ ਕੰਢੇ ਤੇ ਪਹੁੰਚਦੇ। ਪਹਾੜੀ ਰਾਜੇ ਸਭ ਕਸਮਾਂ ਵਾਅਦੇ ਭੁੱਲ ਕੇ ਮੁੱਕਰ ਗਏ, ਸਭ ਕੁਛ ਛੱਡ ਕੇ ਸਤਿਗੁਰਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪਿੱਛੇ ਫੌਜਾਂ ਚੜ੍ਹ ਕੇ ਆ ਗਈਆਂ, ਅੱਗੇ ਸਰਸਾ ਚੜਿਆ ਹੋਇਆ ਸੀ। ਕਹਿੰਦੇ ਨੇ ਪਾਣੀ ਉੱਪਰ ਤੱਕ ਵਗਦਾ, ਸਰਸਾ ਭਰਿਆ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ, ਸਿੰਘ ਮਹਾਰਾਜ ਫੌਜਾਂ ਚੜ੍ਹ ਕੇ ਆ ਰਹੀਆਂ ਨੇ, ਅੱਗੇ ਸਰਸਾ ਚੜਿਆ, ਕੀ ਕੀਤਾ ਜਾਏ? ਕਲਗੀਧਰ ਕਹਿੰਦੇ, ਬਾਅਦ ਚ ਸੋਚਦੇ ਆ, ਸਾਨੂੰ ਭੁੱਖ ਲੱਗੀ ਹੈ ਇਸ ਵੇਲੇ। ਉਸ ਵੇਲੇ ਸਿੰਘਾਂ ਨੇ ਅਰਜ ਕੀਤੀ, ਕਹਿੰਦੇ ਸੱਚੇ ਪਾਤਸ਼ਾਹ, ਅਨੰਦਪੁਰ ਰਹਿੰਦੇ ਆ ਤੁਸੀਂ ਕਦੇ ਕੁਝ ਨਹੀਂ ਸੀ ਛਕਦੇ, ਬਹੁਤ ਥੋੜਾ ਛਕਣਾ, ਪਰ ਅੱਜ ਇਸ ਵੇਲੇ ਆਪ ਜੀ ਨੂੰ ਛਕਣ ਵਾਸਤੇ ਕੀ ਤਿਆਰ ਕਰਕੇ ਦਿੱਤਾ ਜਾਏ? ਗੁਰੂ ਗੋਬਿੰਦ ਸਿੰਘ ਕਹਿੰਦੇ, ਭੋਜਨ ਦੀ ਭੁੱਖ ਨਹੀਂ ਲੱਗੀ,
ਅਨੰਦਪੁਰ ਸਾਹਿਬ ਰਹਿੰਦੇ ਆ, ਰੋਜ਼ ਇਸ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਹੁੰਦੇ ਸਾਂ। ਮੈਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਭੁੱਖ ਲੱਗੀ। ਮੈਂ ਅਰਜ਼ ਕਰਾਂਗਾ, ਜਿੱਦਣ ਕੀਰਤਨ ਦੀ ਭੁੱਖ ਲੱਗਣ ਲੱਗ ਪਵੇ, ਸਮਝ ਲੈਣਾ ਚਾਹੀਦਾ ਸਤਿਗੁਰੂ ਦੀ ਕਿਰਪਾ ਹੋ ਗਈ। ਜਿੱਦਣ ਸਾਨੂੰ ਭੁੱਖ ਲੱਗੇ ਨਾ, ਵੀ ਨਾਮ ਜਪੀਏ, ਚੌਂਕੜਾ ਮਾਰ ਕੇ ਬਹੀਏ, ਉਦੋਂ ਮੰਨ ਲੈਣਾ ਚਾਹੀਦਾ ਵੀ ਸਤਿਗੁਰਾਂ ਨੇ ਨਾਮ ਬਖਸ਼ ਦਿੱਤਾ ਹੈ। ਕਈ ਜਣ ਨਾਮ ਬਖਸ਼ੋ, ਨਾਮ ਬਖਸ਼ੋ, ਨਾਮ ਬਖਸ਼ੋ। ਜਿੱਦਣ ਇਹ ਦਿਲ ਕਰੇ ਨਾ ਵੀ ਚਲੋ ਬਹੀਏ, ਸਵੇਰੇ ਸਵੇਰੇ ਇੱਛਾ ਹੋਵੇ ਵੀ ਨਾਮ ਜਪੀਏ, ਛੇਤੀ ਛੇਤੀ ਕੰਮ ਨਿਬੇੜ ਕੇ ਨਾਮ ਜਪੀਏ, ਛੇਤੀ ਛੇਤੀ ਵਿਹਲੇ ਹੋ ਕੇ ਸੁਖਮਨੀ ਸਾਹਿਬ ਪੜ੍ਹੀਏ, ਉਦੋਂ ਮੰਨ ਲੈਣਾ ਚਾਹੀਦਾ ਹੈ ਕਿ ਸਾਡੇ ਤੇ ਸਤਿਗੁਰੂ ਜੀ ਤਰੁੱਟ ਪਏ, ਸਾਡੇ ਤੇ ਕਿਰਪਾ ਹੋ ਗਈ ਹੈ। ਅੱਛਾ, ਜਦੋਂ ਅਸੀਂ ਬੱਧਾ ਚੱਟੀ ਭਰਦੇ ਹਾਂ ਇੱਕ ਓਅੰਕਾਰ, ਉਦੋਂ ਪਤਾ ਲੱਗਦਾ ਬਸ ਜਦੋਂ ਜਿੰਨੀ ਨਾਮ ਧਿਆਇਆ ਗਏ ਸੰਗਤ ਕਾਲ ਜਪਜੀ ਸਾਹਿਬ ਵਿਚਾਰੇ ਪੜ੍ਹਿਆ, ਵਿਚਾਰੇ ਪਤਾ ਹੀ ਨਹੀਂ ਲੱਗਾ ਵੀ ਪੜ੍ਹਿਆ ਵੀ ਗਿਆ, ਸਮਾਪਤੀ ਹੋ ਵੀ ਗਈ, ਉਹਦੇ ਚ ਫਿਰ ਰਸ ਨਹੀਂ ਹੈ ਤੇ ਬੰਦਾ ਚੱਟੀ ਹੈ। ਪਰ ਫਿਰ ਵੀ ਮੈਂ ਅਰਜ ਕਰਾਂਗਾ, ਨਾ ਵੀ ਮਨ ਲੱਗੇ ਬਾਣੀ ਜ਼ਰੂਰ ਪੜ੍ਹਿਆ, ਹੌਲੀ ਹੌਲੀ ਮਨ ਨੂੰ ਟਿਕਾਉਣ ਵਾਸਤੇ ਹੀ ਹੈ। ਕਈ ਸੱਜਣ ਕਹਿੰਦੇ ਆ ਕਿ ਬਾਬਾ ਜੀ ਬਾਣੀ ਪੜ੍ਹਦੇ ਆ, ਮਨ ਨਹੀਂ ਲੱਗਦਾ, ਕੀ ਕਰੀਏ। ਫਿਰ ਕਈ ਕਹਿੰਦੇ ਨੇ ਇਸ ਤੇ ਬਾਣੀ ਪੜ੍ਹਨੀ ਛੱਡ ਦਿੱਤੀ ਹੈ, ਇਹ ਮਨ ਨੂੰ ਲਾਉਣ ਵਾਸਤੇ ਤੇ ਬਾਣੀ ਪੜ੍ਹਦੇ ਆ। ਦਵਾਈ ਕਾਹਦੇ ਲਈ ਖਾਂਦੇ ਆ? ਇਲਾਜ ਵਾਸਤੇ। ਜੇ ਕੋਈ ਬੰਦਾ ਆਖੇ ਪਹਿਲਾਂ ਮੈਂ ਠੀਕ ਹੋ ਜਾ ਫਿਰ ਮੈਂ ਦਵਾਈ ਖਾਵਾਂਗਾ, ਮਨ ਨੂੰ ਜੋੜਨ ਵਾਸਤੇ ਹੀ ਅਸੀਂ ਬਾਣੀ ਪੜ੍ਹਨੀ ਹੈ, ਮਨ ਨੂੰ ਜੋੜਨ ਵਾਸਤੇ ਹੀ ਅਸੀਂ ਇਹ ਖੁਰਾਕ ਦੇਣੀ ਆ ਵੀ ਮਨ ਟਿਕ ਜਾਏ, ਮਨ ਜੁੜ ਜਾਏ। ਇਹ ਨਹੀਂ ਵੀ ਜੇ ਮਨ ਨਹੀਂ ਲੱਗਦਾ ਤੇ ਬਾਣੀ ਪੜ੍ਹਨੀ ਛੱਡ ਦਿਓ, ਪੜ੍ਹਦੇ ਰਹੋ ਕਿੰਨਾ ਕੁ ਚਿਰ ਭੱਜੇਗਾ, ਇੱਕ ਨਾ ਇੱਕ ਦਿਨ ਇਹਨੂੰ ਟਿਕਣਾ ਹੀ ਪੈਣਾ, ਇੱਕ ਨਾ ਇੱਕ ਦਿਨ ਜ਼ਰੂਰ ਕਿਰਪਾ ਹੋ ਜਾਏਗੀ। ਅੱਗ 'ਚ ਹੱਥ ਪਾ ਦਿਓ ਤੇ ਭਾਵੇਂ ਆਪੇ ਹੀ ਪੈ ਜਾਏ, ਅੱਗ ਦਾ ਸੁਭਾਅ ਆ, ਅੱਗ ਨੇ ਸਾੜਨਾ ਹੀ ਸਾੜਨਾ ਹੈ। ਬਾਣੀ ਪੜ੍ਹੋ, ਮਨ ਲੱਗੇ ਨਾ ਲੱਗੇ, ਬਾਣੀ ਨੇ ਤਾਰਨਾ ਹੀ ਤਾਰਨਾ ਹੈ, ਭਲਾ ਜ਼ਰੂਰ ਹੋਏਗਾ। ਸਵੇਰੇ ਉੱਠ ਕੇ ਬੈਠੋ ਜ਼ਰੂਰ, ਕੋਸ਼ਿਸ਼ ਕਰੋ ਅੱਧਾ ਘੰਟਾ ਘੰਟਾ ਨਾ ਲੱਗੇ ਮਨ, ਫਿਰ ਵੀ ਪੜ੍ਹਦੇ ਰਹੋ, ਹੌਲੀ ਹੌਲੀ ਉਹ ਮੈਲ ਨਿਕਲੇਗੀ, ਜਿੰਨੀ ਸਾਬਣ ਵਰਤੀ ਜਾਏਗੀ, ਜਿੰਨੀ ਵੱਧ ਤੋਂ ਵੱਧ। ਹੁਣ ਮੈਂ ਉੱਪਰ ਗਿਆ ਮਹਾਂਪੁਰਸ਼ਾਂ ਦੇ ਕਮਰੇ 'ਚ, ਭਾਈ ਸਾਹਿਬ ਭਾਈ ਪੂਰਨ ਸਿੰਘ ਜੀ, ਮੈਂ ਉਸ ਕਮਰੇ ਦੇ ਦੀਦਾਰ ਕੀਤੇ। ਭਾਈ ਦਾ ਜਿਹੜਾ ਅਰਥ ਹੈ ਨਾ ਗੁਰਮੁਖੋ, ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਮਹਾਨ ਕੋਸ਼ ਵਿੱਚ ਕਿ ਭਾਈ ਉਹਨੂੰ ਕਹਿੰਦੇ ਆ ਜਿਹੜਾ ਗੁਰੂ ਨੂੰ ਭਾ ਜਾਏ, ਜਿਹੜਾ ਗੁਰੂ ਨੂੰ ਪਸੰਦ ਆ ਜਾਏ, ਜਿਹੜਾ ਸਤਿਗੁਰੂ ਨੂੰ ਪ੍ਰਵਾਨ ਹੋ ਜਾਏ, ਜਿਹਦੇ ਤੇ ਸਤਿਗੁਰੂ ਤਰੁੱਟ ਜਾਣ, ਪ੍ਰਵਾਨ ਹੋ ਜਾਏ। ਭਾਈ ਭਾ ਗਿਆ, ਜਿਹੜਾ ਭਾ ਗਿਆ। ਹੁਣ ਭਾਈ ਤੇ ਆਪਾਂ ਭਾਵੇਂ ਸਾਰਿਆਂ ਨੂੰ ਕਹੀ ਜਾਈਏ, ਪਰ ਕੋਈ ਹੀ ਹੈ ਜਿਹੜਾ ਗੁਰੂ ਨੂੰ ਭਾ ਜਾਂਦਾ ਹੈ, ਪਸੰਦ ਆ ਜਾਂਦਾ ਹੈ, ਜਿਹਦਾ ਉੱਚਾ ਸੁੱਚਾ ਜੀਵਨ ਹੋਏਗਾ ਉਹੀ। ਤੇ ਮੈਂ ਹੁਣ ਉੱਥੇ ਬਾਬਾ ਜੀ ਭਾਈ ਸਾਹਿਬ ਜੀ ਦੇ ਮਹਾਂਪੁਰਸ਼ਾਂ ਨੇ ਟੇਪ ਲਾ ਦਿੱਤੀ, ਉਹਨਾਂ ਦੀ ਟੇਪ ਮੈਂ ਸੁਣ ਰਿਹਾ ਸਾਂ, ਬਾਣੀ ਪੜ੍ਹਦੇ ਸਨ। ਤੇ ਤੁਸੀਂ ਬਾਣੀ ਜਦੋਂ ਭਾਈ ਸਾਹਿਬ ਜੀ ਨੂੰ ਪੜ੍ਹਦਿਆਂ ਨੂੰ ਵੇਖੋਗੇ, ਬਾਣੀ ਇੰਨੇ ਸਹਿਜ ਨਾਲ, ਇੰਨੇ ਟਕਾ ਨਾਲ ਪੜ੍ਹਦੇ ਆ ਵੀ ਇੱਕ ਇੱਕ ਅਰਥ ਆਪਣੇ ਆਪ ਹੀ ਸਾਹਮਣੇ ਆ ਜਾਂਦਾ, ਸਮਝ ਆ ਜਾਂਦੀ। ਇੰਨੇ ਟਕਾ ਨਾਲ ਬਾਣੀ ਭਾਈ ਸਾਹਿਬ ਪੜ੍ਹਦੇ ਨੇ ਟੇਪ ਵਿੱਚ। ਮੈਂ ਹੁਣੇ 5 ਮਿੰਟ ਪਹਿਲਾਂ ਇੱਥੇ ਆਉਣ ਤੋਂ ਪਹਿਲਾਂ ਮੈਂ ਉੱਤੇ ਉਸ ਜਿਸ ਕਮਰੇ 'ਚ ਉਹ ਰਹਿੰਦੇ ਸੀ ਉੱਥੇ ਮੈਂ ਦਰਸ਼ਨ ਕਰਨ ਗਿਆ, ਜਿੱਥੇ ਉਹਨਾਂ ਨੇ ਤਪ ਕੀਤਾ, ਜਿੱਥੇ ਬੰਦਗੀ ਕੀਤੀ ਹੈ, ਜਿੱਥੇ ਤਪੱਸਿਆ ਕਰਦੇ ਰਹੇ ਆ। ਵੇਖੋ ਕਾ ਘਰਾਂ 'ਚ ਕਿੱਡੇ ਕਿੱਡੇ ਮਹਿੰਗੇ ਬੈੱਡ ਪਏ ਆ, ਕਿਹੜਾ ਪੁੱਛਦਾ ਸਾਡੇ ਬੈੱਡਾਂ, ਕਿਹੜਾ ਪੁੱਛਦਾ ਵੀ ਘਰ ਤੇਰਾ ਵੱਡਾ ਹੈ, ਕੋਠੀ ਬੜੀ ਵੱਡੀ ਹੈ, ਕੌਣ ਪੁੱਛਦਾ। ਨਾਮ ਜਪਣ ਵਾਲੇ ਛੱਪਰੀਆਂ 'ਚ ਵੀ ਰਹਿਣ, ਛੱਪਰੀਆਂ ਵੀ ਸੋਭਾ ਪਾਉਂਦੀਆਂ ਨੇ। ਹੇਮੇ ਦੀ ਛੱਪਰੀ 'ਚ ਗੁਰੂ ਅਰਜਨ ਦੇਵ ਸਾਹਿਬ ਗਏ, ਭਾਈ ਹੇਮਾ ਆਖਣ ਲੱਗਾ ਗਰੀਬ ਨਿਵਾਜ ਏਡੀ ਕਿਰਪਾ ਮੇਰੀ ਛੱਪਰੀ 'ਚ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਖਣ ਲੱਗਾ ਮੇਰੇ ਤੇ ਕਿਰਪਾ ਏਡੀ ਕੀਤੀ। ਸੱਚੇ ਪਾਤਸ਼ਾਹ ਆਖਣ ਲੱਗੇ ਫਕੀਰਾ ਤੇਰੀ ਛੱਪਰੀ 'ਚੋਂ ਨੂਰ ਵਰਦਾ ਹੈ, ਮੈਨੂੰ ਮਹਿਲ ਨਹੀਂ ਪਿਆਰੇ ਲੱਗਦੇ। ਕਿਉਂ? ਮਹਾਰਾਜ ਕਹਿੰਦੇ ਤੂੰ ਨਾਮ ਜਪਣਾ ਹੈ, ਤੂੰ ਭਜਨ ਕਰਨਾ ਹੈ, ਭਜਨ ਕਰਨ ਵਾਲਿਆਂ ਦੀਆਂ ਛੱਪਰੀਆਂ 'ਚ ਵੀ ਪ੍ਰਕਾਸ਼ ਨੂਰ ਹੈ। ਵੱਡੇ ਵੱਡੇ ਮਹਿਲ ਕਿਸੇ ਕੰਮ ਨਹੀਂ, ਉਜਾੜ ਨੇ, ਨਗਰ ਉਜਾੜ ਨੇ, ਜਿੱਥੇ ਨਾਮ ਜਪੀਏ ਬ੍ਰਹਮ ਪਿਆਰੇ ਸੇ ਅਸਥਿਰ ਸੋਹਿਲ ਜਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀ।
ਜਿੱਥੇ ਨਾਮ ਜਪਿਆ ਜਾਂਦਾ ਉਹ ਚਬਾਰੇ ਉਹ ਘਰ ਸੋਹਣੇ ਲੱਗਦੇ ਆ, ਤੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਉਹ ਉਜਾੜ ਹੈ, ਭਾਵੇਂ ਜਿੰਨਾ ਮਰਜ਼ੀ ਘਰ ਸਜਾਈ ਫਿਰੋ ਸਤਿਗੁਰੂ ਦੀ ਨਜ਼ਰ ਵਿੱਚ ਤੇ ਉਜਾੜ ਨੇ ਉਹ ਘਰ। ਉਹ ਛੋਟਾ ਵੀ ਹੋਵੇ ਕਮਰਾ ਉਹ ਸੋਭਾ ਪਾਉਂਦਾ ਹੈ, ਉਹਨਾਂ ਚੀਜ਼ਾਂ ਦਾ ਵੀ ਮੋਹ ਹੁੰਦਾ ਜਿਹੜੀਆਂ ਉਹਨਾਂ ਨੇ ਵਰਤੀਆਂ ਉਹ ਪਿਆਰੇ ਲੱਗਦੇ ਨੇ, ਕਿਉਂਕਿ ਭਜਨ ਵਾਲੇ ਬੰਦਗੀ ਵਾਲੇ ਜਿਹੜੇ ਆ ਸਾਧ ਸੰਗਤ ਇਹ ਨਾਮ ਦੀਆਂ ਹੀ ਵਡਿਆਈਆਂ ਨੇ ਸਾਰੀਆਂ। ਹੇਮੇ ਦੀ ਛੱਪਰੀ ਚ ਬਾਹਰ ਬੈਠੇ ਕਹਿੰਦੇ ਫਕੀਰਾ ਭਲੀ ਸੁਹਾਵੀ ਛੱਪਰੀ ਜਾ ਮਹਿ ਗੁਣ ਗਾਏ, ਤੇਰੀ ਛੱਪਰੀ ਸੁਹਾਵੀ ਹੈ ਤੇਰੀ ਛੱਪਰੀ ਭਲੀ ਹੈ, ਜਿੱਥੇ ਬਹਿ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਉਹ ਧੌਲਰ ਉਹ ਮਹਿਲ ਕਿਸੇ ਕੰਮ ਨਹੀਂ ਜਿੱਥੇ ਰੱਬ ਭੁੱਲਿਆ ਹੋਇਆ। ਫਕੀਰਾ ਤੇਰੀ ਛੱਪਰੀ ਸੋਭਾ ਪਾਉਂਦੀ ਹੈ, ਤੇਰੀ ਛੱਪਰੀ ਸੋਹਣੀ ਲੱਗਦੀ ਹੈ। ਮੇਰੀ ਗਰੀਬ ਦੀ ਛੱਪਰੀ ਚ ਆ ਗਏ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ ਹੈ ਭਾਵੇਂ ਛੱਪਰੀ ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ ਜਿੱਥੇ ਗੁਣ ਗਾਵੇ ਵਾਹਿਗੁਰੂ ਦੇ ਧੰਨ ਧੰਨ ਹੈ ਵਸਿਆ ਹੋਵੇ ਛੱਪਰੀ ਚ ਰਹਿੰਦਾ ਹੋਵੇ, ਟੁੱਟੀ ਹੋਈ ਛੱਪਰੀ ਹੋਵੇ, ਪਾਟੇ ਹੋਣ ਕੱਪੜੇ, ਰੰਗ ਹੋਵੇ ਕਾਲਾ, ਜਾਤ ਦੁਨੀਆਂ ਦੀਆਂ ਬਣਾਈਆਂ ਜਾਤਾਂ ਨੇ ਜਾਤ ਵੀ ਨੀਵੀ ਹੋਵੇ, ਭਾਵੇਂ ਕੋਈ ਸਾਖ ਸੰਬੰਧੀ ਵੀ ਨਾ ਨੇੜੇ ਢੁੱਕਦਾ ਹੋਵੇ, ਪਰ ਭਾਰਤ ਸਾਹਿਬ ਕਹਿੰਦੇ ਨੇ ਜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਕੋਲ ਹੈ ਫਿਰ ਸੁਣਿਓ ਰੰਗ ਕਾਲਾ ਹੋਵੇ, ਜਾਤ ਨੀਵੀ ਹੋਵੇ, ਛੱਪਰੀ ਚ ਰਹਿੰਦਾ ਹੋਵੇ, ਪਾਟੇ ਕੱਪੜੇ ਹੋਣ, ਸਾਖ ਸੰਬੰਧੀ ਮਿੱਤਰ ਦੋਸਤ ਕੋਈ ਨਾ ਨੇੜੇ ਟੁੱਕਦਾ ਹੋਵੇ, ਪਰ ਕਹਿੰਦੇ ਜੇ ਵਾਹਿਗੁਰੂ ਜਪਦਾ ਹੈ ਉਹਦੇ ਵਰਗਾ ਮੇਰੀਆਂ ਨਜ਼ਰਾਂ ਚ ਰਾਜਾ ਹੀ ਕੋਈ, ਉਹ ਅਸਲੀ ਰਾਜਾ ਹੈ। ਰਾਜਾ ਕੌਣ ਹੁੰਦਾ ਜਿਹੜਾ ਰੱਜਿਆ ਹੋਇਆ ਹੋਵੇ? ਜਿੰਨੇ ਰਾਜੇ ਅੱਜ ਕੱਲ੍ਹ ਦੇ ਭੁੱਖੇ ਨੇ ਇਹਨਾਂ ਤੇ ਕੋਈ ਵੀ ਨੀ ਭੁੱਖਾ, ਆਮ ਜਨਤਾ ਇੰਨੀ ਭੁੱਖੀ ਥੋੜਾ, ਜਿੰਨੇ ਰਾਜੇ ਮਹਾਰਾਜੇ ਭੁੱਖੇ ਆ ਉਹਨਾਂ ਦੀਆਂ ਭੁੱਖਾਂ ਵੀ ਵੱਡੀਆਂ ਨੇ, ਸਾਡੀਆਂ ਤੇ ਮੰਗਾਂ ਬੜੀਆਂ ਛੋਟੀਆਂ ਨੇ, ਉਹ ਤੇ ਭਿਖਾਰੀ ਵੀ ਬੜੇ ਤਕੜੇ ਆ।
ਇੱਥੇ ਹੁਣ ਸਤਿਗੁਰੂ ਦੇ ਦਰ ਦੇ ਉੱਤੇ ਜਿੰਨੇ ਵੱਡੇ ਬੰਦੇ ਆਉਣਗੇ ਓਡੀ ਵੱਡੀ ਭੀਖ ਮੰਗਦੇ ਨੇ, ਜਿੰਨੇ ਛੋਟੇ ਆਉਣਗੇ ਉਹ ਛੋਟਾ ਭਿਖਾਰੀ, ਭਿਖਾਰੀ ਤੇ ਸਾਰੇ ਹੀ ਨੇ। ਪਰ ਫਰਕ ਸਿਰਫ ਇੰਨਾ ਹੈ, ਕਈ ਵਾਰੀ ਭਿਖਾਰੀ ਨੂੰ ਵੇਖ ਕੇ ਮਜ਼ਾਕ ਕਰਨੇ ਆ, ਉਹਨਾਂ ਭਿਖਾਰੀਆਂ ਤੇ ਸਾਡੇ ਚ ਕੋਈ ਫਰਕ ਨਹੀਂ। ਉਹ ਭਿਖਾਰੀ ਬੋਲ ਕੇ ਮੰਗਦਾ ਹੈ, ਅਸੀਂ ਗੁਪਤ ਚੁੱਪ ਕਰਕੇ ਮੰਗਦੇ ਹਾਂ, ਪਰ ਹੈ ਤੇ ਸਾਰੇ ਹੀ ਮੰਗਦੇ, ਹੈ ਤੇ ਸਾਰੇ ਹੀ ਭਿਖਾਰੀ। ਪਰ ਇੱਕ ਗੱਲ ਹੋਰ ਵੇਖੋ ਕਵਾਲ ਦੀ, ਹੈ ਤੇ ਭਿਖਾਰੀ, ਧਿਆਨ ਦਿਓ ਜਰਾ, ਹੈ ਭਿਖਾਰੀ ਤੇ ਗੁਰਦੁਆਰੇ ਚ ਕਹਿੰਦੇ ਆ ਕੇ ਵੀ ਅਸੀਂ ਭਿਖਾਰੀਆਂ ਵਾਂਗੂ ਬਹਿਣਾ ਨਹੀਂ। ਆਖੋ ਸਤਨਾਮ, ਫੇਰ ਗੱਜ ਕੇ ਆਖੋ ਸਤਨਾਮ। ਵੇਖੋ ਹੈ ਆਪਾਂ ਭਿਖਾਰੀ ਇਸ ਦਰ ਦੇ, ਹੈ ਆਪਾਂ ਮੰਗਤੇ ਇਸ ਦਰ ਦੇ, ਪਰ ਆ ਕੇ ਗੁਰਦੁਆਰੇ ਕਹਿੰਦੇ ਆ ਭਿਖਾਰੀ ਹੈ ਜ਼ਰੂਰ ਆ, ਇੱਥੇ ਮੰਗਨੇ ਮੰਗਤਿਆਂ ਵਾਂਗੂ ਆ, ਪਰ ਬਹਿਣਾ ਨਹੀਂ। ਮੈਨੂੰ ਦੱਸੋ ਕਾ ਭਲਾ ਕਿਹੜਾ ਮੰਗਤਾ ਹੈ ਜਿਹੜਾ ਕੁਰਸੀ ਤੇ ਬਹਿੰਦਾ ਹੈ, ਭਿਖਾਰੀ ਥੱਲੇ ਹੀ ਬੈਠੇ ਹੁੰਦੇ ਨੇ। ਗੁਰਦੁਆਰੇ ਭਿਖਾਰੀ ਬਣ ਕੇ ਆਈਦਾ ਹੈ, ਅਸੀਂ ਕਹਿੰਦੇ ਹਾਂ ਸਾਨੂੰ ਕੁਰਸੀ ਚਾਹੀਦੀ ਹੈ, ਲੰਗਰ ਚ ਵੀ ਕੁਰਸੀਆਂ ਲਾਓ। ਕਈ ਥਾਵਾਂ ਤੇ ਮਜਬੂਰੀ ਬਸ ਪ੍ਰਬੰਧਕਾਂ ਨੇ, ਕਈ ਥਾਵਾਂ ਤੇ ਚਾਹੀਦਾ ਹੀ ਇਹ ਆ। ਮੈਂ ਅਰਜ ਕਰਾਂਗਾ, ਵੇਖੋ ਲਾਈਵ ਟੈਲੀਕਾਸਟ ਹੁੰਦਾ ਹੈ, ਜਿਹੜਾ ਥੱਲੇ ਬਹਿ ਕੇ ਭੋਜਨ ਛਕਣਾ ਹੈ, ਪ੍ਰਸ਼ਾਦਾ ਛਕਣਾ ਹੈ, ਉਹਦਾ ਮਤਲਬ ਹੀ ਸਿਰਫ ਇਹ ਆ, ਨਿਮਰਤਾ ਵਿੱਚ ਬਹਿ ਕੇ ਭਿਖਾਰੀ ਬਣ ਕੇ ਆਏ ਆ, ਇਸ ਦਰ ਦੇ ਉੱਤੇ ਮੰਗਦੇ ਆ ਅਸੀਂ, ਇੱਥੇ ਅਸੀਂ ਨੀਵੇਂ ਬਹਿ ਕੇ ਛਕਣਾ, ਇਹਦਾ ਮਤਲਬ ਹੀ ਇਹ ਆ, ਹੋਰ ਇਹਦਾ ਕੋਈ ਅਰਥ ਨਹੀਂ। ਜਿਹੜਾ ਘਰ ਪ੍ਰਸ਼ਾਦਾ ਛਕਨੇ ਆ ਹੈ ਤੇ ਉਹ ਵੀ ਸਤਿਗੁਰੂ ਦਾ ਦਿੱਤਾ ਹੀ। ਜੇ ਬਰਾਬਰਤਾਈ ਦੀ ਗੱਲ ਕਰੋ ਤੇ ਸਾਰੇ ਲੰਗਰ ਚ ਕੁਰਸੀਆਂ ਲਾ ਦਿਓ, ਸਾਰੇ ਬਰਾਬਰ ਹੀ ਛਕ ਰਹੇ ਨੇ, ਫਿਰ ਵੀ ਬਰਾਬਰੀ ਹੋਈ ਹੋਵੇ, ਬਰਾਬਰੀ ਹੈ, ਸਾਰੇ ਇੱਕੋ ਇੱਕੋ ਜਿਹਾ ਇੱਕੋ ਕੁਰਸੀ ਤੇ ਬਹਿ ਕੇ ਛੱਕ ਰਹੇ, ਕੋਈ ਵੱਡਾ ਕੋਈ ਛੋਟਾ। ਪਰ ਅਸਲ ਗੱਲ ਥੱਲੇ ਬਹਿਣ ਦੀ ਇਹ ਹੁੰਦੀ ਆ ਵੀ ਭਿਖਾਰੀ ਜਿਹੜੇ ਆ ਉਹ ਪੁੰਜੇ ਥੱਲੇ ਹੀ ਬੈਠੇ ਹੁੰਦੇ ਆ। ਤੁਸੀਂ ਵੇਖੋਗੇ ਪੁਰਾਣੇ ਸਮਿਆਂ ਚ ਰਾਜੇ ਮਹਾਰਾਜੇ ਸ਼ਾਹੂਕਾਰਾਂ ਦੇ ਕੋਲ ਭਿਖਾਰੀਆਂ ਨੇ ਥੱਲੇ ਬਹਿਣਾ, ਅਸੀਂ ਜਿੱਥੇ ਮਰਜ਼ੀ ਜਾਈਏ ਅਸੀਂ ਉੱਚੇ ਜਾ ਕੇ ਬਹੀਏ, ਪਰ ਇਸ ਦਰ ਤੇ ਕਦੇ ਕੁਰਸੀ ਨਾ ਮੰਗੀਏ, ਇੱਥੇ ਭਿਖਾਰੀ ਬਣ ਕੇ ਬਹੀਏ। ਆਖੋ ਭਿਖਾਰੀ ਬਣ ਕੇ ਬਹੀਏ। ਜੇ ਸਾਨੂੰ ਇਸ ਗੱਲ ਦੀ ਜਾਂਚ ਆ ਜਾਏ, ਅਸੀਂ ਇਹ ਗੱਲ ਸਮਝ ਲਈਏ, ਫਿਰ ਕਦੇ ਨਹੀਂ ਲੋੜ ਪੈਗੀ ਲੰਗਰ ਵਿੱਚ ਕੋਈ ਕੁਰਸੀ ਲਾਉਣ ਦੀ। ਵੇਖੋ ਇੱਕ ਤੇ ਮਜਬੂਰੀ ਹੈ, ਕਈਆਂ ਤੋਂ ਬਿਲਕੁਲ ਹੀ ਨਹੀਂ ਬੈਠਿਆ ਜਾਂਦਾ। ਇਹਨਾਂ ਦੇਸ਼ਾਂ 'ਚ ਮੈਨੂੰ ਇਹ ਲੱਗਦਾ ਵੀ ਜਿੰਨੇ ਤੁਹਾਡੇ ਗੋਡੇ ਦੁਖਦੇ ਇੰਨੇ ਕਿਸੇ ਦੇ ਨਹੀਂ ਦੁਖਦੇ। ਇੰਗਲੈਂਡ 'ਚ ਵੇਖੋ ਵੀ ਤੁਸੀਂ ਬਾਹਰਲਿਆਂ ਦੇਸ਼ਾਂ 'ਚ ਹਰੇਕ ਦੇ ਹੀ ਗੋਡਿਆਂ ਦੇ ਆਪਰੇਸ਼ਨ ਹੋਏ ਆ, ਖਲੋ ਖਲੋ ਕੇ ਕੰਮ ਫੈਕਟਰੀਆਂ 'ਚ ਕੀਤੇ ਆ, ਇਹ ਹੈ ਮਜਬੂਰੀ। ਪਰ ਜੇ ਅਸੀਂ ਆਖੀਏ ਵੀ ਅਸੀਂ ਜਾਣ ਬੁੱਝ ਕੇ ਵੀ ਅਸੀਂ ਬੈਠ ਨਹੀਂ ਸਕਦੇ, ਜਾਣ ਕੇ ਬਹਾਨੇ ਬਣਾਈਏ, ਇਹ ਨਹੀਂ। ਇਸ ਦਰ ਦੇ ਉੱਤੇ ਤੇ ਭਿਖਾਰੀ ਬਣ ਕੇ ਆਉਣਾ ਚਾਹੀਦਾ ਹੈ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ, ਸਾਰੇ ਭਿਖਾਰੀ ਸਾਰਿਆਂ ਦਾ ਦਾਤਾ ਇੱਕੋ ਹੈ, ਦੰਦਾ ਦਾਤਾ ਏਕ ਹੈ, ਸਭ ਕੋ ਦੇ ਬਣਹਾਰ, ਦਿੰਦੇ ਤੋੜ ਨਾ ਆਵਈ ਅਗਨਤ ਭਰੇ ਭੰਡਾਰ। ਤੇ ਮੈਂ ਅਰਜ ਸਾਰੀ ਸੰਗਤ ਦੇ ਚਰਨਾਂ ਚ ਕਰਾਂਗਾ ਕਿ ਵੇਖੋ ਪਿਆਰਿਓ, ਜਿੰਨੀ ਸ਼ਰਧਾ ਲੈ ਕੇ ਆਵਾਂਗੇ ਉਹਨਾਂ ਫਲ ਸਾਡੀ ਝੋਲੀ ਚ ਪੈਣਾ ਹੈ। ਹੁਣ ਮਰਜ਼ੀ ਸਾਡੀ ਹੈ, ਅਸੀਂ ਵੱਡੇ ਬਣ ਕੇ ਜਾਣਾ ਕਿ ਭਿਖਾਰੀ ਬਣ ਕੇ, ਇਹ ਹੁਣ ਸਾਡੀ ਮਰਜ਼ੀ। ਅਸੀਂ ਕੀ ਸੋਚਦੇ ਹਾਂ, ਸਾਡੀ ਆਪਣੀ ਕੀ ਸੋਚ ਹੈ, ਜਿਹੋ ਜੀ ਭਾਵਨਾ, ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵੀ, ਜਿਹੋ ਜੀ ਜਿਹਦੀ ਭਾਵਨਾ ਹੋਏਗੀ ਉਹੋ ਜਿਹਾ ਫਲ ਪ੍ਰਾਪਤ ਹੋ ਜਾਏਗਾ। ਇਸ ਕਰਕੇ ਸੰਗਤ ਦੇ ਚਰਨਾਂ ਚਰਜ ਕਰਾਂਗਾ, ਯਤਨ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰਸਾ ਦੇ ਕੰਨੇ ਤੇ ਜਾ ਕੇ ਕਹਿੰਦੇ ਨੇ ਭੁੱਖ ਲੱਗੀ ਹੈ, ਸਤਿਗੁਰੂ ਤੁਹਾਨੂੰ ਛਕਣ ਵਾਸਤੇ ਹੁਣ ਕੀ ਦਿੱਤਾ ਜਾਏ। ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਆਸਾ ਜੀ ਦੀ ਵਾਰ ਦਾ ਕੀਰਤਨ ਰੋਜ਼ ਹੁੰਦਾ ਸੀ, ਅੱਜ ਕੀਰਤਨ ਸੁਣਾ। ਕਹਿਣ ਲੱਗੇ ਸੱਚੇ ਪਾਤਸ਼ਾਹ, ਫੌਜਾਂ ਚੜ ਕੇ ਆ ਗਈਆਂ ਨੇ ਮਹਾਰਾਜ, ਕਹਿੰਦੇ ਕੁਝ ਜਾ ਕੇ ਫੌਜਾਂ ਨੂੰ ਰੋਕੋ, ਬਾਕੀ ਸਾਰੇ ਆਜੋ, ਸਾਰੇ ਬੈਠ ਜਾਓ। ਸਾਰੇ ਬਹਿ ਗਏ, ਚੌਂਕੜੇ ਲਾ ਲਏ, ਅੱਖਾਂ ਬੰਦ ਕਰ ਲਈਆਂ, ਇੱਕ ਪਾਸੇ ਤੇਗਾ ਤੇ ਢਾਲਾ ਖੜਕਣ, ਦੂਜੇ ਪਾਸੇ ਸੁਰੰਦੇ ਤੇ ਖੜਤਾਲਾ ਖੜਕਣ। ਤੇਗਾ ਤੇ ਢਾਲਾ ਤਾਂ ਚੱਲਦੀਆਂ ਹੀ ਤਾਂ ਨੇ, ਤੇਗਾ ਢਾਲਾ ਤਲਵਾਰਾਂ ਚੱਲਦੀਆਂ ਹੀ ਤਾਂ ਨੇ ਗੁਰਖੋ, ਜੇ ਪੱਲੇ ਕੀਰਤਨ ਹੋਏਗਾ, ਭਜਨ ਹੋਏਗਾ, ਬੰਦਗੀ ਹੋਏਗੀ। ਅਬਾਦਤਾਂ ਨਾਲ ਹੀ ਸ਼ਹਾਦਤਾਂ ਹੁੰਦੀਆਂ ਨੇ, ਬੰਦਗੀ ਨਾਲ ਹੀ ਕੁਰਬਾਨੀ ਹੁੰਦੀ, ਬੰਦਗੀ ਬਿਨਾਂ ਕੁਰਬਾਨੀ ਨਹੀਂ ਕੀਤੀ ਜਾ ਸਕਦੀ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੋ ਸਕਦੀ। ਚੌਂਕੜੇ ਮਾਰ ਕੇ ਸਾਰੇ ਬਹਿ ਗਏ, ਅੱਖਾਂ ਬੰਦ ਕਰ ਲਈਆਂ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਬਲੇ ਹਾਰੀ ਬੁਰੇ ਆਪਣੇ, ਦਿਓ ਹਾੜੀ ਸਤਿ ਵਾਰ,
ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਮਾਗੀ। ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ। ਉਸ ਵੇਲੇ ਫਿਰ ਸੇਵਾਦਾਰ ਇੱਕ ਆਇਆ ਭੱਜ ਕੇ, ਕਹਿੰਦਾ ਮਹਾਰਾਜ 250-300 ਸਿੰਘ ਸ਼ਹੀਦ ਹੋ ਗਿਆ, ਚਲੀਏ ਛੇਤੀ। ਦਇਆ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਲੰਘ ਜਾਂਦੇ ਲੰਘ ਹੀ ਜਾਂਦੇ, ਅੱਜ ਆਸਾ ਜੀ ਦੀ ਵਾਰ ਕੀਰਤਨ ਨਾ ਕਰਦੇ ਆ, 200-250 ਬਚ ਜਾਣਾ ਸੀ। ਮਹਾਰਾਜ ਆਖਣ ਲੱਗੇ, ਸੱਚੇ ਪਾਤਸ਼ਾਹ ਅੱਜ ਵਾਲੇ ਸਿੰਘ 200-250 ਸਿੰਘ 300 ਸ਼ਹੀਦ ਹੋ ਗਏ ਆ, ਅੱਜ ਵਾਲੇ ਇਹ ਸਿੰਘ ਸ਼ਹੀਦ ਕਰਾ ਦਿੱਤੇ, ਕੋਈ ਗੱਲ ਨੀ, ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨੀ ਪਈ। ਅੱਜ ਤੇ ਬਾਕੀ ਦੇ ਵੀ ਸ਼ਹੀਦ ਹੋ ਜਾਂਦੇ, ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਸੀ ਪੈਣੀ। ਅੱਜ ਤੇ ਸਾਰੇ ਲੇਖੇ ਲੱਗ ਜਾਂਦੇ, ਇੱਥੋਂ ਤੱਕ ਕਿ ਮੈਂ ਵੀ ਸ਼ਹੀਦ ਹੋ ਜਾਂਦਾ ਇੱਥੇ ਬੈਠਾ। ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਸੀ ਪੈਣੀ ਸੱਚੇ ਪਾਤਸ਼ਾਹ। ਕਿਉਂ? ਸਤਿਗੁਰੂ ਕਹਿੰਦੇ, ਅੱਜ ਆਸਾ ਜੀ ਦੀ ਵਾਰ ਸਰਸਾ ਦੇ ਕੰਢੇ ਤੇ ਕਰਕੇ ਮੈਂ ਸਦਾ ਲਈ ਆਪਣੇ ਖਾਲਸੇ ਲਈ ਪੂਰਨੇ ਪਾ ਚੱਲਿਆ। ਵੀ ਖਾਲਸਾ ਜੀ, ਭਿਆਨਕ ਤੋਂ ਭਿਆਨਕ ਸਮਾਂ ਵੀ ਭਾਵੇਂ ਤੁਹਾਡੇ ਤੇ ਆ ਜੇ, ਕਦੇ ਆਪਣਾ ਨਿਤਨੇਮ ਨਾ ਛੱਡੇ। ਐਡੂ ਵੱਡਾ ਭਿਆਨਕ ਸਮਾਂ ਹੋਰ ਕੀ ਹੋਇਆ? ਪਰਿਵਾਰ ਸਾਰਾ ਵਿਛੜ ਗਿਆ ਹੈ, ਸਰਸਾ ਦੇ ਕੰਢੇ ਤੇ ਬੈਠੇ ਆ, ਕਾਲੀ ਗੋਲੀ ਰਾਤ ਹੈ, ਠੰਡ ਬਹੁਤ ਜ਼ਿਆਦਾ ਹੈ, ਫੌਜਾਂ ਚੜ ਕੇ ਆ ਗਈਆਂ ਨੇ, ਪਰ ਫਿਰ ਵੀ ਸੱਚੇ ਪਾਤਸ਼ਾਹ ਨਿਤਨੇਮ ਕਰਦੇ। ਮੈਂ ਅੱਜ ਕਰਾਂਗਾ, ਸਤਿਗੁਰੂ ਨੇ ਥਾਂ ਥਾਂ ਤੇ ਸਾਡੇ ਲਈ ਪੂਰਨੇ ਪਾਏ ਆ। ਅਸੀਂ ਜ਼ਰੂਰ ਵੇਖੀਏ ਕਿ ਸਤਿਗੁਰੂ ਸਾਨੂੰ ਇੱਥੇ ਕਹਿਣਾ ਕੀ ਚਾਹੁੰਦੇ ਆ। ਅਸੀਂ ਸਰਸਾ ਦੇ ਕੰਢੇ ਤੇ ਜਾਂਦੇ ਹਾਂ, ਸਰਸਾ ਅੱਜ ਵੀ ਪਰਿਵਾਰ ਵਿਛੋੜਾ ਮੱਥਾ ਟੇਕਦੇ ਆ, ਉੱਥੇ ਜ਼ਰੂਰ ਵੇਖੀਏ ਕਿ ਸਤਿਗੁਰਾਂ ਨੇ ਸਾਨੂੰ ਇੱਥੇ ਸਿਖਾਇਆ ਕੀ। ਮਹਾਰਾਜ ਕਹਿੰਦੇ, ਰੋਟੀ ਮਿਲੇ ਨਾ ਮਿਲੇ ਨਿਤਨੇਮ ਨਾ ਛੱਡੋ। ਅਰਦਾਸ ਰੋਜ਼ ਕਰਨੀ ਚਾਹੀਦੀ ਸਿੱਖ ਨੂੰ ਵੀ ਸੱਚੇ ਪਾਤਸ਼ਾਹ ਉਹ ਦਿਨ ਤੇ ਆਵੇ ਜਿਹਦੇ ਰੋਟੀ ਨਾ ਮਿਲੇ, ਪ੍ਰਸ਼ਾਦਾ ਨਾ ਮਿਲੇ, ਭੋਜਨ ਨਾ ਮਿਲੇ, ਪਰ ਉਹ ਦਿਨ ਕਦੇ ਨਾ ਆਵੇ ਜਿੱਦਣ ਮੇਰਾ ਨਿਤਨੇਮ ਟੁੱਟ ਜਾਏ। ਉਹ ਦਿਨ ਕਦੇ ਨਾ ਆਵੇ ਜ਼ਿੰਦਗੀ 'ਚ। ਇਹ ਅਰਦਾਸ ਸਤਿਗੁਰੂ ਦੇ ਚਰਨਾਂ 'ਚ ਰੋਜ਼ ਕਰਨੀ ਚਾਹੀਦੀ। ਨਿਤਨੇਮ ਜਿਹੜਾ ਸਿੱਖ ਨਹੀਂ ਛੱਡਦਾ, ਬਾਬਾ ਨਾਨਕ ਸਿੰਘ ਨਾਨਕਸਰ ਵਾਲੇ ਕਹਿੰਦੇ ਸੀ, ਗੁਰੂ ਨਾਨਕ ਕਦੇ ਉਹਦੀ ਬਾਹ ਨਹੀਂ ਛੱਡਦਾ। ਜਿਹੜਾ ਨਿਤਨੇਮ ਨਹੀਂ ਛੱਡਦਾ, ਗੁਰੂ ਨਾਨਕ ਕਦੇ ਉਹਦੀ ਸਿੱਖ ਦੀ ਬਾਹ ਨਹੀਂ ਛੱਡਦਾ। ਜਿਹਨੇ ਨਿਤਨੇਮ ਛੱਡ ਦਿੱਤਾ ਹੈ, ਗੁਰੂ ਨਾਨਕ ਤੋਂ ਖਿੱਚ ਕੇ ਉਹਨੇ ਆਪਣੀ ਬਾਹ ਛੁਡਾ ਲਈ ਹੈ। ਇਸ ਕਰਕੇ ਭਾਵੇਂ ਥੋੜਾ ਕਰੋ, ਪਰ ਨੇਮ ਜ਼ਰੂਰ ਹੋਣਾ ਚਾਹੀਦਾ ਹੈ। ਨੇਮ ਤੋਂ ਬਾਅਦ ਹੀ ਪ੍ਰੇਮ ਬਣਦਾ ਹੈ। ਸੰਗਤ ਜੀ, ਸਰਸਾ ਦੇ ਕੰਢੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਨਿਤਨੇਮ ਕਰਕੇ ਸਦਾ ਲਈ ਆਪਣੇ ਖਾਲਸੇ ਲਈ ਪੂਰਨੇ ਪਾ ਦਿੱਤੇ ਵੀ ਕਦੇ ਆਪਣਾ ਨਿਤਨੇਮ ਨਹੀਂ ਛੱਡਣਾ, ਨਿਤਨੇਮ ਜ਼ਰੂਰ ਕਰਨਾ ਹੈ। ਫਿਰ ਸਰਸਾ ਪਾਰ ਕਰਨ ਦਾ ਟਾਈਮ ਆਇਆ, ਸਾਰਿਆਂ ਤੋਂ ਅੱਗੇ ਆਪ ਲੰਘੇ, ਆਪ ਅੱਗੇ, ਫਿਰ ਸਾਹਿਬ ਜਾਂਦੇ, ਫਿਰ ਸਾਰੇ ਸਿੰਘ ਹੌਲੀ ਹੌਲੀ ਸਰਸਾ 'ਚ ਵੜਦੇ ਗਏ। ਵੜਦੇ 10 ਸਨ, ਨਿਕਲਦੇ 2 ਸਨ, ਵੜਦੇ 100 ਸਨ, ਨਿਕਲਦੇ 5-10 ਸਨ, ਬਾਕੀ ਸਰਸਾ ਦੀ ਭੇਟ ਹੋ ਜਾਂਦੇ ਸੀ। ਸਰਸਾ ਦੇ ਕੰਢੇ ਤੇ ਤੇਰੇ ਅਣਬਿੱਧ ਮੋਤੀ ਖਿੱਲ ਗਏ। ਸਰਸਾ ਨਦੀ ਤੇ ਸਰਸਾ ਦੀਆਂ ਡਾਰਾਂ ਦੇ
ਕੰਢੇ ਤੇ ਸਤਿਗੁਰੂ ਦਾ ਸਾਰਾ ਪਰਿਵਾਰ ਵਿਛੜ ਗਿਆ। ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਤੇ ਵੱਡੇ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਇਸੇ ਤਰ੍ਹਾਂ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਹੋਣਾ ਨਾਲ ਇੱਕ ਪਾਸੇ, ਸਰਸਾ ਦੇ ਕੰਢੇ ਤੇ ਸਾਰਾ ਪਰਿਵਾਰ ਵਿਛੜ ਗਿਆ। ਤੇ ਮੈਂ ਅਰਜ ਹਮੇਸ਼ਾ ਹੀ ਕਰਦਾ, ਹਰੇਕ ਨੇ ਵਿਛੜਨਾ ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਸਭ ਨੇ ਇੱਕ ਦਿਨ ਵਿਛੜਨਾ ਹੈ, ਪਰ ਮਾਂ ਵਿਛੜਦੀ ਹੈ ਮਰ ਕੇ, ਪਿਓ ਵਿਛੜਦਾ ਹੈ ਮਰ ਕੇ, ਪਰਿਵਾਰ ਦੇ ਜੀ ਜਿਵੇਂ ਜਿਵੇਂ ਮਰਦੇ ਨੇ ਵਿਛੜਦੇ ਨੇ, ਸਾਰੇ ਮਰ ਕੇ ਵਿਛੜਦੇ ਆ। ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਜਿਉਂਦਿਆਂ ਜਿਉਂਦਿਆਂ ਵਿਛੜ ਗਿਆ, ਸਾਰਾ ਪਰਿਵਾਰ ਵਿਛੜ। ਜਦੋਂ ਸਰਸਾ ਪਾਰ ਕੀਤਾ ਤੇ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਛੋਟੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਮਾਤਾ ਗੁਜਰ ਕੌਰ ਨਜ਼ਰ ਨਹੀਂ ਆਉਂਦੇ, ਹੁਕਮ ਕਰੋ ਪਿੱਛਾ ਵੇਖਾਈਏ ਜਾ ਕੇ। ਕਲਗੀ ਤਾਂ ਰੱਖਣ ਲੱਗੇ, ਨਹੀਂ ਭਾਈ ਹੁਣ ਛੋਟਿਆਂ ਦੇ ਦਰਸ਼ਨ ਨਹੀਂ ਹੋਣੇ, ਸਿੰਘੋ ਚਲੋ ਅੱਗੇ ਨੂੰ, ਚਲੋ ਪਿੱਛੇ ਨਹੀਂ ਮੁੜਨਾ। ਸਭ ਪਤਾ ਸੀ, ਅੰਤਰ ਜਾਮੀ ਸਨ ਸਤਿਗੁਰੂ, ਕੁਝ ਨਹੀਂ ਸੀ ਭੁੱਲਿਆ, ਸਭ ਪਤਾ ਸੀ ਕੀ ਭਾਵੀ ਵਰਤਣੀ ਹੈ ਕੀ ਭਾਣਾ ਵਰਤਣਾ ਹੈ, ਸਭ ਪਤਾ ਸੀ। ਫਿਰ ਚੱਲਦੇ ਚੱਲਦੇ ਮਹਾਰਾਜ ਸੱਚੇ ਪਾਤਸ਼ਾਹ ਰੋਪੜ ਦੇ ਕੋਲ, ਮਰਿੰਡੇ ਦੇ ਕੋਲ ਇੱਕ ਫੌਜ ਦੀ ਟੁਕੜੀ ਸੀ, ਉਹਨਾਂ ਨਾਲ ਝੜਪ ਹੋ ਗਈ। ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਉਹਦੇ ਵਿੱਚ ਜ਼ਖਮੀ ਹੋ ਗਏ। ਅੱਗੇ ਫਿਰ ਕੋਟਲਾ ਪਿੰਡ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗਏ। ਕੋਟਲੇ ਪਿੰਡ ਵਿੱਚ ਸਤਿਗੁਰਾਂ ਦਾ ਸ਼ਰਧਾਲੂ ਸੀ ਨਿਹੰਗ ਖਾਂ ਮੁਸਲਮਾਨ, ਜਿਹੜੇ ਪਿੱਛਾ ਕਰਨ ਵਾਲੇ ਨੇ ਉਹ ਵੀ ਮੁਸਲਮਾਨ ਨੇ, ਪਰ ਉਸ ਵੇਲੇ ਜਿਹੜਾ ਪਨਾਹ ਦੇਣ ਵਾਲਾ ਉਹ ਵੀ ਮੁਸਲਮਾਨ। ਇਸੇ ਕਰਕੇ ਅਰਜ ਕਰੀ ਦੀ ਹੈ, ਕੌਮਾਂ ਮਾੜੀਆਂ ਨਹੀਂ ਹੁੰਦੀਆਂ, ਮਾੜੇ ਬੰਦੇ ਹੁੰਦੇ ਨੇ ਵਿੱਚ, ਸਾਰੀ ਕੌਮ ਮਾੜੀ ਨਹੀਂ ਹੁੰਦੀ। ਪੱਕਾ ਮੁਸਲਮਾਨ ਕਦੇ ਇਹ ਕੰਮ ਨਹੀਂ ਕਰਦਾ। ਮੈਂ ਅਰਜ ਕਰਨਾ, ਵਜੀਦਾ ਮੁਸਲਮਾਨ ਸੀ ਨਹੀਂ, ਔਰੰਗਜ਼ੇਬ ਮੁਸਲਮਾਨ ਸੀ ਨਹੀਂ, ਜੇ ਇਹ ਪੱਕੇ ਮੁਸਲਮਾਨ ਹੁੰਦੇ ਇਹ ਕੁਝ ਨਾ ਕਰਦੇ ਜੋ ਇਹਨਾਂ ਨੇ ਕੀਤਾ। ਪੱਕਾ ਮੁਸਲਮਾਨ ਕੌਣ ਸੀ? ਪੱਕੇ ਸਨ ਗਨੀ ਖਾਂ ਤੇ ਨਬੀ ਖਾਂ। ਪੱਕੇ ਮੁਸਲਮਾਨ ਸਨ ਪੀਰ ਬੁੱਧੂ ਸ਼ਾਹ, ਪੱਕਾ ਮੁਸਲਮਾਨ ਪੀਰ ਭੀਖਣ ਸ਼ਾਹ ਵਰਗਾ, ਪੱਕੇ ਮੁਸਲਮਾਨ ਸਨ ਸਾਈ ਮੀਆਂ ਮੀਰ ਵਰਗੇ, ਇਹ ਪੱਕੇ ਮੁਸਲਮਾਨ ਸਨ। ਨਿਹੰਗ ਖਾਂ ਕੋਟਲੇ ਵਾਲੇ ਨੂੰ ਜਦੋਂ ਉਹਨੇ ਬੂਹਾ ਖੋਲਿਆ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖਿਆ, ਕਹਿੰਦਾ ਧੰਨ ਭਾਗ ਸਤਿਗੁਰੂ ਜੀ, ਆਓ ਜੀ ਆਇਆਂ ਨੂੰ। ਕਲਗੀਆਂ ਵਾਲੇ ਕਹਿਣ ਲੱਗੇ, ਨਿਹੰਗ ਖਾਂ ਫੌਜਾਂ ਪਿੱਛੇ ਲੱਗੀਆਂ ਹੋਈਆਂ ਨੇ, ਤੇਰੇ ਤੇ ਕੋਈ ਆਫਤ ਨਾ ਆ ਜਾਏ, ਤੇਰਾ ਕੋਈ ਨੁਕਸਾਨ ਨਾ ਹੋ ਜਾਏ, ਤੇਰੇ ਘਰ ਤੇ ਫੌਜਾਂ ਚੜ੍ਹ ਕੇ ਨਾ ਆ ਜਾਣ। ਨਿਹੰਗ ਖਾਂ ਕਹਿਣ ਲੱਗਾ, ਸਤਿਗੁਰੂ ਤੁਹਾਡੇ ਚਰਨ ਪੈਣੇ ਚਾਹੀਦੇ ਨੇ, ਤੁਹਾਡੀ ਖੁਸ਼ੀ ਆਉਣੀ ਚਾਹੀਦੀ ਹੈ, ਤੁਸੀਂ ਮੇਰੇ ਘਰ ਚਰਨ ਪਾਓ, ਹੁਣ ਤੇ ਮੌਤ ਵੀ ਆ ਜਾਏ ਮੈਨੂੰ ਕੋਈ ਪਰਵਾਹ ਨਹੀਂ, ਤੁਸੀਂ ਚਰਨ ਪਾਓ ਜੀ ਆਇਆ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਫਿਰ ਮਹਾਰਾਜ ਅੰਦਰ ਗਏ, ਜਲ ਪਾਣੀ ਛਕਾਇਆ। ਇਹਨੇ ਨੂੰ ਭਾਈ ਬਚਿੱਤਰ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਚੁੱਕ ਕੇ ਲੈ ਆਏ, ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਆਖਰੀ ਸਾਹਾਂ ਤੇ। ਮਹਾਰਾਜ ਕਹਿਣ ਲੱਗੇ, ਲੈ ਨਿਹੰਗ ਖਾਂ ਸਾਡੇ ਬਚਿੱਤਰ ਸਿੰਘ ਨੂੰ ਸਾਂਭ ਲਈ, ਸਿਰ ਤੇ ਹੱਥ ਰੱਖ ਕੇ ਸਾਰੇ ਪਰਿਵਾਰ ਨੂੰ ਮਿਲ ਕੇ ਗੁਰੂ ਗੋਬਿੰਦ ਸਿੰਘ ਅੱਗੇ ਲੰਘ ਲਏ। ਬਚਿੱਤਰ ਖਾਂ ਦੇ ਸਰੀਰ ਉੱਤੇ ਬੜੇ ਫੱਟ ਸਨ, ਬੜੇ ਜ਼ਖਮ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੱਗੇ ਲੰਘ ਗਏ। ਉਹ ਭਾਈ ਬਚਿੱਤਰ ਸਿੰਘ ਹੈ ਜਿਹਨੇ ਹਾਥੀ ਦੇ ਮੱਥੇ ਵਿੱਚ ਨਾਗਨੀ ਮਾਰੀ ਸੀ। ਨਿਹੰਗ ਖਾਂ ਕੋਟਲੇ ਵਾਲੇ ਦੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਛੱਡ ਕੇ ਤੇ ਸਿਰ ਤੇ ਹੱਥ ਰੱਖ ਕੇ ਕਲਗੀਆਂ ਵਾਲੇ ਅੱਗੇ ਲੰਘ ਗਏ। ਇਹਨੇ ਨੂੰ ਫੌਜਾਂ ਨੇ ਘੇਰਾ ਪਾ ਲਿਆ। ਨਿਹੰਗ ਖਾਂ ਨੂੰ ਕਹਿੰਦੇ, ਤੇਰੇ ਘਰ ਗੁਰੂ ਗੋਬਿੰਦ ਸਿੰਘ ਆਏ ਨੇ, ਸਾਨੂੰ ਪਤਾ ਲੱਗਾ। ਨਿਹੰਗ ਖਾਂ ਕਹਿਣ ਲੱਗਾ, ਨਹੀਂ ਆਏ। ਕਹਿੰਦੇ, ਅਸੀਂ ਤਲਾਸ਼ੀ ਲੈਣੀ ਹੈ। ਕਹਿੰਦੇ, ਲੈ ਲਓ। ਜਦੋਂ ਤਲਾਸ਼ੀ ਲੈਣ ਲੱਗੇ, ਸਾਰੇ ਕਮਰਿਆਂ ਵਿੱਚ ਝਾਤੀ ਮਾਰੀ, ਹਵੇਲੀ ਚ ਗਏ, ਇੱਕ ਕਮਰੇ ਵਿੱਚ ਉੱਤੇ ਕੱਪੜਾ ਲੈ ਕੇ ਬਚਿੱਤਰ ਸਿੰਘ ਸੁੱਤਾ ਹੈ, ਉੱਤੇ ਕੱਪੜਾ ਪਾ ਦਿੱਤਾ। ਕਹਿਣ ਲੱਗੇ, ਆਹ ਕੌਣ ਪਿਆ? ਭਾਈ ਬਚਿੱਤਰ ਸਿੰਘ ਸੀ ਨਾ। ਨਿਹੰਗ ਖਾਂ ਆਖਣ ਲੱਗਾ, ਮੇਰਾ ਦਾਮਾਦ ਪਿਆ, ਦੂਰੋਂ ਆਇਆ, ਥੱਕਿਆ ਹੋਇਆ, ਮੇਰਾ ਜਵਾਈ ਹੈ, ਮੇਰਾ ਦਾਮਾਦ ਹੈ, ਇੰਨੀ ਗੱਲ ਕਹਿੰਦੀ। ਉਹਨਾਂ ਨੇ ਉਠਾਇਆ ਨੀ, ਮੂੰਹ ਤੋਂ ਕੱਪੜਾ ਨੀ ਲਵਾਇਆ, ਸਾਰੇ ਤਲਾਸ਼ੀ ਲੈ ਕੇ ਚਲੇ ਗਏ ਵਾਪਸ।
ਤੇ ਭਾਈ ਬਚਿੱਤਰ ਉਸ ਵੇਲੇ ਨਿਹੰਗ ਖਾਨ ਦੀ ਲੜਕੀ ਉੱਠੀ, ਉਹਦਾ ਨਾਂ ਸੀ ਮੁਮਤਾਜ, ਬੀਬੀ ਮੁਮਤਾਜ। ਉਹ ਉੱਠੀ, ਉਹਨੇ ਉੱਠ ਕੇ ਭਾਈ ਬਚਿੱਤਰ ਸਿੰਘ ਨੂੰ ਮੱਥਾ ਟੇਕ ਕੇ ਤੇ ਆਪਣਾ ਪਤੀ ਮੰਨ ਲਿਆ ਵੀ ਮੇਰੇ ਅੱਬਾ ਨੇ ਆਖਿਆ, ਮੇਰੇ ਪਿਤਾ ਨੇ ਆਖਿਆ, ਮੇਰਾ ਦਾਮਾਦ ਹੈ, ਉਸੇ ਨੂੰ ਆਪਣਾ ਪਤੀ ਮੰਨ ਲਿਆ, ਮੱਥਾ ਟੇਕਿਆ। ਥੋੜੇ ਚਿਰ ਬਾਅਦ ਭਾਈ ਬਚਿੱਤਰ ਸਿੰਘ ਦੇ ਸਵਾਸਾਂ ਦੀ ਲੜੀ ਟੁੱਟ ਗਈ। ਭਾਈ ਬਚਿੱਤਰ ਸਿੰਘ ਸਦਾ ਦੀ ਨੀਂਦ ਸੌਂ ਗਿਆ, ਸ਼ਹੀਦ ਹੋ ਗਿਆ। ਨਿਹੰਗ ਖਾਨ ਕੋਟਲੇ ਵਾਲੇ ਨੇ ਆਪਣੇ ਘਰ ਵਿੱਚ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕੀਤਾ, ਸੰਸਕਾਰ ਆਪਣੇ ਘਰ ਕੀਤਾ। ਥੋੜੇ ਦਿਨਾਂ ਬਾਅਦ ਜਦੋਂ ਮੁਮਤਾਜ ਦੇ ਰਿਸ਼ਤੇ ਦੀ ਗੱਲ ਚੱਲੀ, ਆਖਣ ਲੱਗੀ, ਅੱਬਾ ਮੈਂ ਨਿਕਾਹ ਨਹੀਂ ਕਰਾਉਣਾ, ਮੇਰਾ ਤੇ ਨਿਕਾਹ ਹੋ ਗਿਆ। ਆਖਣ ਲੱਗੇ, ਕਿਹਦੇ ਨਾਲ ਹੋਇਆ? ਅੱਬਾ ਤੁਸੀਂ ਆਖਿਆ ਸੀ ਬਚਿੱਤਰ ਸਿੰਘ ਮੇਰਾ ਦਾਮਾਦ ਪਿਆ, ਮੈਂ ਉਹਨੂੰ ਮੱਥਾ ਟੇਕ ਕੇ ਆਪਣਾ ਪਤੀ ਮੰਨ ਲਿਆ ਸੀ। ਉਸ ਵੇਲੇ ਨਿਹੰਗ ਖਾਨ ਆਖਣ ਲੱਗਾ, ਧੀਏ ਨਾ ਤੇ ਉਹਨੇ ਅੱਖਾਂ ਖੋਲੀਆਂ, ਨਾ ਉਹਨੇ ਤੇਰੇ ਵੱਲ ਵੇਖਿਆ, ਉਹਨੂੰ ਤੂੰ ਆਪਣਾ ਪਤੀ ਬਣਾ ਲਿਆ। ਆਖਣ ਲੱਗੀ, ਨਹੀਂ ਅੱਬਾ, ਮੈਂ ਉਸੇ ਨੂੰ ਆਪਣਾ ਪਤੀ ਮੰਨ ਲਿਆ ਹੈ, ਮੈਂ ਹੁਣ ਦੁਬਾਰਾ ਵਿਆਹ ਨਹੀਂ ਕਰਾਉਣਾ, ਮੈਂ ਭਾਈ ਬਚਿੱਤਰ ਸਿੰਘ ਦੀ ਵਿਧਵਾ ਬਣ ਕੇ ਸਾਰੀ ਜ਼ਿੰਦਗੀ ਕੱਢ ਲਾਂ। ਗੁਰਮੁਖੋ, ਨਾ ਤੇ ਭਾਈ ਬਚਿੱਤਰ ਸਿੰਘ ਨੇ ਬੀਬੀ ਨੂੰ ਵੇਖਿਆ, ਨਾ ਉਹਨੇ ਅੱਖਾਂ ਪੱਟੀਆਂ, ਬਸ ਉਹ ਭਾਈ ਬਚਿੱਤਰ ਸਿੰਘ ਦੀ ਵਿਧਵਾ ਬਣ ਕੇ ਬੀਬੀ ਮੁਮਤਾਜ ਨੇ ਸਾਰੀ ਜ਼ਿੰਦਗੀ ਕੱਢੀ। ਆਖੋ ਸਤਨਾਮ। ਏਦਾਂ ਦੇ ਜੀਵਨ ਸਨ ਪਹਿਲੇ ਸਮਿਆਂ ਚ, ਏਦਾਂ ਦਾ ਪਿਆਰ ਸੀ ਗੁਰਮੁਖੋ। ਉਸ ਵੇਲੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉੱਥੋਂ ਚੱਲਦੇ ਚੱਲਦੇ ਚਮਕੌਰ ਦੀ ਗੜੀ ਵਿੱਚ ਅੱਪੜੇ। ਜਦੋਂ ਸਤਿਗੁਰੂ ਚਮਕੌਰ ਦੀ ਗੜੀ ਚ ਗਏ ਨੇ, ਉਹ ਹਵੇਲੀ ਖਾਲੀ ਕਰਵਾਈ, ਚਮਕੌਰ ਦੀ ਗੜੀ ਹਵੇਲੀ ਦੇ ਵਿੱਚ ਵਾਸਾ ਕੀਤਾ। ਸਿੰਘ ਥੱਕੇ ਹੋਏ ਸਨ, ਸਾਰੇ ਆਰਾਮ ਕਰਦੇ ਨੇ। ਸਿੰਘ ਆਖਣ ਲੱਗੇ, ਅਸੀਂ ਪਹਿਰਾ ਦਿੰਦੇ ਹਾਂ। ਕਲਗੀਧਰ ਕਹਿੰਦੇ, ਅੱਜ ਮੈਨੂੰ ਪਹਿਰਾ ਦੇ ਲੈਣ ਦੇ। ਗੁਰੂ ਗੋਬਿੰਦ ਸਿੰਘ ਨੇ ਸਾਰੀ ਰਾਤ ਜਾਗ ਕੇ ਪਹਿਰਾ ਦਿੱਤਾ। ਕੱਲੇ ਕੱਲੇ ਸਿੰਘ ਕੋਲ ਗਏ, ਕਈ ਦਿਨਾਂ ਦੇ ਭੁੱਖੇ ਤੇ ਥੱਕੇ ਹੋਏ ਸਿੰਘ ਸਨ। ਕਹਿੰਦੇ ਨੇ, ਇਤਿਹਾਸਕਾਰ ਲਿਖਦੇ ਆ, ਕਈਆਂ ਸਿੰਘਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਚਰਨ ਵੀ ਕੁੱਟੇ, ਕਈਆਂ ਦੇ ਮੁੱਖ ਚੁੰਮੇ, ਚਰਨ ਚੁੰਮਦੇ ਨੇ ਮਹਾਰਾਜ। ਤੇ ਨਾਲ ਕਹਿੰਦੇ ਨੇ, ਸਿੰਘੋ ਧੰਨੋ ਤੁਸੀਂ ਜਿਹੜੇ ਪੰਥ ਲਈ, ਜਿਹੜੇ ਧਰਮ ਲਈ ਆਪਣੀਆਂ ਜਾਨਾਂ ਤਲੀ ਤੇ ਤਰੀ ਫਿਰਦੇ। ਕੱਲੇ ਕੱਲੇ ਸਿੰਘ ਕੋਲ ਸੱਚੇ ਪਾਤਸ਼ਾਹ ਗਏ, ਵਾਰੀ ਵਾਰੀ ਸਿਰ ਸਾਰਿਆਂ ਦੇ ਸਿਰ ਤੇ ਹੱਥ ਰੱਖਿਆ। ਥੱਕੇ ਹੋਏ ਸਾਰੇ ਸਿੰਘ ਆਰਾਮ ਕਰਦੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਫਿਰ ਵੱਡੇ ਸਾਹਿਬਜ਼ਾਦਿਆਂ ਕੋਲ ਚਲੇ ਗਏ। ਮੈਂ ਅਰਜ ਸੰਗਤ ਦੇ ਚਰਨਾਂ ਚ ਕਰਾਂਗਾ, ਇਹ ਨਕਸ਼ਾ ਜ਼ਰੂਰ ਸਾਹਮਣੇ ਲੈ ਕੇ ਆਓ। ਗੁਰੂ ਗੋਬਿੰਦ ਸਿੰਘ ਆਪਣੇ ਸਾਹਿਬਜ਼ਾਦਿਆਂ ਦੇ ਸਰਾਣੇ ਵਾਲੇ ਪਾਸੇ ਬਹਿ ਗਏ। ਦੋਵਾਂ ਨੇ ਇੱਕੋ ਹੀ ਚਾਦਰ ਉੱਪਰ ਲਈ ਹੋਈ ਸੀ। ਕਲਗੀਧਰ ਸੱਚੇ ਪਾਤਸ਼ਾਹ ਆਪਣੇ ਲਾਲਾ ਵੱਲ ਵੇਖ ਕੇ ਕਹਿੰਦੇ ਨੇ, ਅੱਜ ਮੇਰੇ ਕੋਲ, ਕੱਲ ਨੂੰ ਤੁਸੀਂ ਮੇਰੇ ਕੋਲ ਨਹੀਂ ਹੋਣਾ, ਪਤਾ ਹੈ ਵੀ ਇਹਨਾਂ ਨੇ ਸ਼ਹੀਦ ਹੋ ਜਾਣਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਬੱਚਿਆਂ ਦੇ ਕੋਲ ਬਹਿ ਕੇ ਅਰਦਾਸ ਕੀਤੀ। ਹਰ ਪਿਓ ਹਰ ਮਾਂ ਆਪਣੇ ਬੱਚਿਆਂ ਲਈ ਅਰਦਾਸ ਕਰਦੇ ਨੇ, ਇਹਨਾਂ ਦੀ ਉਮਰ ਲੰਮੀ ਹੋਵੇ, ਇਹਨਾਂ ਨੂੰ ਕੋਈ ਦੁੱਖ ਨਾ ਹੋਵੇ, ਇਹਨਾਂ ਦੇ ਨੇੜੇ ਕੋਈ ਤਕਲੀਫ ਨਾ ਆਵੇ। ਪਰ ਗੁਰੂ ਗੋਬਿੰਦ ਸਿੰਘ ਨੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਬੱਚਿਆਂ ਤੇ ਕੱਲ ਨੂੰ ਬੜੇ ਕਰੜੇ ਪਰਚੇ ਪੈਣੇ ਨੇ। ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ, ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ, ਟੁਕੜੇ ਟੁਕੜੇ ਹੋ ਕੇ ਸ਼ਹੀਦੀ ਪ੍ਰਾਪਤ ਕਰ ਜਾਣ, ਆਪਣਾ ਮੁੱਖ ਨਾ ਮੋੜ। ਇਹ ਅਰਦਾਸ ਗੁਰੂ ਗੋਬਿੰਦ ਸਿੰਘ ਨੇ ਸੱਚੇ ਪਾਤਸ਼ਾਹ ਨੇ ਕੀਤੀ, ਸਾਹਿਬਜ਼ਾਦਿਆਂ ਕੋਲ ਬਹਿ ਕੇ। ਕੱਲ ਨੂੰ ਸ਼ਹੀਦੀ ਪ੍ਰਾਪਤ ਕਰ ਜਾਣ, ਇਹਨਾਂ ਦੇ ਮਨ ਡੋਲ ਨਾ ਜਾਣ, ਇਹਨਾਂ ਦੇ ਸਿਰ ਤੇ ਹੱਥ ਰੱਖਿਓ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਰਦਾਸ ਕੀਤੀ। ਤੇ ਸਾਧ ਸੰਗਤ, ਅਗਲਾ ਫਿਰ ਦਿਨ ਚੜ੍ਹਿਆ, ਅੱਠ ਪੋਹ ਆਇਆ, ਛੇ ਪੋਹ ਨੂੰ ਆਨੰਦਪੁਰ ਛੱਡਿਆ, ਸੱਤ ਪੋਹ ਨੂੰ ਸਰਸਾ ਦੇ ਕੰਢੇ ਤੇ ਪਹੁੰਚੇ, ਸੱਤ ਪੋਹ ਦੀ ਸ਼ਾਮ ਨੂੰ ਚਮਕੌਰ ਦੀ ਗੜੀ ਚ ਪਹੁੰਚੇ, ਤੇ ਅੱਠ ਪੋਹ ਦੀ ਸਵੇਰ ਨੂੰ ਫਿਰ ਜੰਗ ਸ਼ੁਰੂ ਹੋ ਗਿਆ। ਅੱਠ ਪੋਹ ਦੀ ਸਵੇਰ ਹੋਈ, 10 ਲੱਖ ਫੌਜ ਨੇ ਇਕੱਠਾ ਘੇਰਾ ਪਾਇਆ, 40 ਸਿੰਘਾਂ ਤੇ 10 ਲੱਖ ਚੜ੍ਹ ਕੇ ਆ ਗਏ।
40 ਸਿੰਘ ਸਨ 12 ਦੇ ਨਾਲ ਦੋ ਸਾਹਿਬਜ਼ਾਦੇ ਵੱਡੇ ਤੇ ਇੱਕ ਸਤਿਗੁਰੂ ਆਪ ਟੋਟਲ ਗਿਣਤੀ 43 ਸੀ। ਸੱਚੇ ਪਾਤਸ਼ਾਹ ਫੌਜਾਂ ਚੜ੍ਹ ਕੇ ਆ ਗਈਆਂ ਨੇ। ਕਲਗੀਧਰ ਕਹਿੰਦੇ ਕੋਈ ਗੱਲ ਨੀ ਚਿੜੀਓ ਸੇ ਮੈਂ ਬਾਜ ਤੜਾਊ, 1,25,000 ਸੇ ਏਕ ਲੜਾਊ, ਗਿੱਦੜੋ ਸੇ ਮੈਂ ਸ਼ੇਰ ਬਣਾਊ, ਤਬੈ ਗੋਬਿੰਦ ਸਿੰਘ ਨਾਮ। 10,00,000 ਫੌਜ ਸੀ ਤੇ ਸਤਿਗੁਰੂ ਕਹਿੰਦੇ 8-8 ਸਿੰਘ ਜਾਓ, 8-8 ਸਿੰਘ ਜਾ ਕੇ ਇਹਨਾਂ ਦਾ ਮੁਕਾਬਲਾ ਕਰੋ। 10,00,000 ਨੂੰ ਜੇ 8 ਤੇ ਵੰਡੀਏ ਤੇ ਇੱਕ ਦੇ ਹਿੱਸੇ 1,25,000 ਆਉਂਦਾ ਹੈ। 1,25,000 8-8 ਸਿੰਘ ਜਾ ਕੇ ਮੁਕਾਬਲਾ ਕਰਦੇ ਨੇ। ਪਹਿਲਾ 8 ਦਾ ਜਥਾ ਤੋਰਿਆ ਸ਼ਹੀਦ ਹੋ ਗਿਆ, ਦੂਜਾ ਜਥਾ ਤੋਰਿਆ ਸ਼ਹੀਦ ਹੋ ਗਿਆ। ਜਦੋਂ ਤੀਜਾ ਜਥਾ ਜਾਣ ਲੱਗਿਆ, ਬਾਬਾ ਅਜੀਤ ਸਿੰਘ ਸਾਹਿਬ ਜੀ ਆਪ ਆਏ ਉੱਠ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਖਣ ਲੱਗੇ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਨੂੰ ਆਗਿਆ ਦੇਵੋ, ਮੈਂ ਜੰਗ ਵਿੱਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਜਾ। ਕਲਗੀਧਰ ਬੜੇ ਖੁਸ਼ ਹੋਏ। ਸਾਰੇ ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਵੇਲੇ ਫਾਪੜਾ ਦਿੱਤਾ, ਆਖਣ ਲੱਗੇ ਅਜੀਤ ਸਿਆ ਮੈਂ ਆਵਾਜ਼ ਮਾਰਦਾ। ਉਹਦਾ ਅਰਥ ਕੁਝ ਹੋਰ ਸੀ, ਆਪ ਚੱਲ ਕੇ ਆਇਆ ਲੈ ਹੁਣ ਜਦੋਂ ਵੀ ਕੌਮ ਤੇ ਭੀੜ ਬਣੇਗੀ ਤੇਰੇ ਵਰਗੇ ਅਨੇਕਾਂ ਨੌਜਵਾਨ ਆਪਣੀਆਂ ਜਾਨਾਂ ਮਾਰਨ ਵਾਸਤੇ ਤਿਆਰ ਹੋ ਜਾ ਕਰ। ਇਹ ਗੁਰੂ ਗੋਬਿੰਦ ਸਿੰਘ ਦਾ ਵਰ ਦਿੱਤਾ ਹੋਇਆ ਹੈ ਵੀ ਜਦੋਂ ਵੀ ਕੌਮ ਤੇ ਭੀੜ ਬਣੇਗੀ ਅਨੇਕਾਂ ਨੌਜਵਾਨ ਆਪਣੀਆਂ ਜਾਨਾਂ ਵਾਰਿਆ ਕਰਨਗੇ। ਤੇ ਆਪਾਂ ਵੇਖਿਆ ਜਦੋਂ ਜਦੋਂ ਵੀ ਏਦਾਂ ਦਾ ਸਮਾਂ ਆਇਆ ਅਨੇਕਾਂ ਹੀ ਸਿੰਘਾਂ ਨੇ ਆਪਣਾ ਆਪ ਕੁਰਬਾਨ ਕੀਤਾ ਹੈ, ਆਪਣੀਆਂ ਜਾਨਾਂ ਵਾਰੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਸ਼ਸਤਰ ਬਸਤਰ ਸਜਾ ਕੇ ਤਿਆਰ ਪਰ ਤਿਆਰ ਕਰਕੇ 8 ਸਿੰਘ ਨਾਲ ਭੇਜ ਕੇ ਤੇ ਜੰਗ ਵੱਲ ਤੋਰਿਆ। ਬਾਬਾ ਅਜੀਤ ਸਿੰਘ ਜੰਗ ਵਿੱਚ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਉੱਪਰ ਚਲੇ ਗਏ ਗੜੀ ਦੇ। ਜਦੋਂ ਉੱਪਰ ਚੜ੍ਹਨ ਲੱਗੇ ਉਸ ਵੇਲੇ ਸਿੰਘ ਆਖਣ ਲੱਗੇ ਮਹਾਰਾਜ ਇੰਨੇ ਤਾਰੇ ਗਿਣੇ ਜਾ ਸਕਦੇ ਨੇ ਪਰ ਜਿੰਨੇ ਤੀਰ ਆ ਰਹੇ ਨੇ ਗਿਣੇ ਨਹੀਂ ਜਾ ਸਕਦੇ, ਉੱਪਰ ਨਾ ਜਾਓ। ਕਲਗੀਧਰ ਕਹਿੰਦੇ ਮੈਂ ਅੱਖਾਂ ਨਾਲ ਵੇਖਣਾ ਚਾਹੁੰਦਾ ਮੇਰਾ ਬੱਚਾ ਕਿੰਨੇ ਫੱਟ ਖਾ ਕੇ ਸ਼ਹੀਦ ਹੁੰਦਾ, ਮੈਂ ਅੱਖੀ ਵੇਖਣਾ। ਇਬਰਾਹੀਮ ਫਕੀਰ ਰੱਬ ਦੀ ਤਲਾਸ਼ ਵਿੱਚ ਭਗਤੀ ਕਰਦਾ ਸੀ। ਕਿਸੇ ਨੇ ਆਖਿਆ ਇਬਰਾਹੀਮਾ ਤੈਨੂੰ ਖੁਦਾ ਦੇ ਦਰਸ਼ਨ ਹੋ ਜਾਣਗੇ ਪੁੱਤਰ ਦੀ ਬਲੀ ਦੇ। ਮੁਸਲਮਾਨ ਹੁਣ ਵੀ ਬਕਰੀਦ ਵਾਲੇ ਦਿਨ ਬੱਕਰੇ ਵੱਢਦੇ ਆ, ਅਖੇ ਬਲੀ ਦੇ ਪੁੱਤਰ ਦੀ ਤੈਨੂੰ ਰੱਬ ਦੇ ਦਰਸ਼ਨ ਹੋ ਜਾਣਗੇ। ਉਹ ਫਕੀਰ ਕਹਿਣ ਲੱਗਾ ਮੈਂ ਬਲੀ ਦੇਣ ਨੂੰ ਤਿਆਰ ਹਾਂ। ਹਾਂ ਤੇ ਕਰ ਦਿੱਤੀ। ਜਦੋਂ ਪੁੱਤਰ ਦਾ ਲੱਗੇ ਨਾ ਗਲ ਵੱਢਣ, ਆਖਣ ਲੱਗਾ ਮੇਰੀਆਂ ਅੱਖਾਂ ਤੇ ਪੱਟੀ ਬੰਨ ਲਿਓ, ਅੱਖਾਂ ਮੇਰੀਆਂ ਵੇਖ ਨਹੀਂ ਸਕਦੀਆਂ, ਪੁੱਤਰ ਨੂੰ ਸ਼ਹੀਦ ਹੁੰਦਾ ਮੈਂ ਵੇਖ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਆਪ ਗੜੀ ਤੇ ਜਾ ਕੇ ਵੇਖਦੇ ਆ। ਇਹਨੇ ਨੇ ਇਬਰਾਹੀਮਾ ਐ ਫਕੀਰਾ, ਇਬਰਾਹੀਮਾ ਤੂੰ ਖਰੀਬ ਖਾਲੀ ਰਹੇ ਹੋ, ਆਪ ਸਾਬਤ ਹੋਈਆਂ ਕਮਜ਼ੋਰ ਅੱਖੀਆਂ, ਪੁੱਤ ਇੱਕ ਦੀ ਥਾਂ ਤੇ 4 ਵਾਰੇ ਖਾਦਾ ਤਰਸ, ਨਾ ਹੋਈਆਂ ਕਮਜ਼ੋਰ ਅੱਖੀਆਂ, ਤਾਈਓ ਤਾਂ ਕਲਗੀਆਂ ਵਾਲੇ ਦੇ ਦਰ ਉੱਤੇ ਅੱਜ ਝੁਕਦੀਆਂ ਨੇ 1,00,000,00,000 ਅੱਖੀਆਂ। ਐਵੇਂ ਨਹੀਂ ਦੁਨੀਆਂ ਝੁਕਦੀ ਗੁਰੂ ਕੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਉੱਤੇ 1,00,00,000,00,000 ਦੁਨੀਆਂ ਐਵੇਂ ਸਿੱਜਦੇ ਨਹੀਂ ਕਰਦੀ। ਸਤਿਗੁਰਾਂ ਨੇ ਸਾਧ ਸੰਗਤ ਅੱਖਾਂ ਸਾਹਮਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਵੇਖਿਆ। ਇਤਿਹਾਸਕਾਰ ਦੱਸਦੇ ਆ ਕਲਗੀਧਰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਉੱਪਰ ਖਲੋ ਕੇ ਸਤਿਗੁਰ ਵੇਖਦੇ ਗੜੀ ਦੇ ਉੱਤੇ ਖੜ ਕੇ
सिंह महाराज वेखते रहे, बाबा अजीत सिंह साहब मैदाने जंग च जूझ रहे हैं, किसे पास्यो वर्षा वजे, किसे पास्यो तीर वजे, किसे पास्यो तलवार वजे, बहुत फट शरीर ते वजे। इतिहासकार कहते 500 फट शरीर ते वजे, फिर धरती ते बाबा अजीत सिंह डिगे। गढ़ी ते खलोते गुरु गोबिंद सिंह वेखते रहे, जदों साहबजादे दे अंग पैर हलण हट गए, गुरु गोबिंद सिंह ने गज के जकारा लाता भी मैं खुश हाँ, मेरा पुत्र शहीद हो गया। फिर महाराज थले आए आंदियां नूं बाबा जुझार सिंह खलोते आ, गल च पल्ला पा के आखन लगे नाराज हो गए तुहाडे नाल। महाराज कहिंदे क्यों? कहिंदे पिता जी काणी वंड क्यों कीती? शस्त्र विद्या सिखाई ता कठिया नूं, शास्त्र विद्या सिखाई ता कठिया नूं, घोड़सवारी सिखाई ता कठिया नूं, शहीद होण दी वारी आई ते कल्ले कल्ले क्यों कर दिते? भैया से विछड़ कर हमें जीना नहीं आता, जोगी अल्लाह यार खां कहिंदा है, खाना नहीं सोना नहीं पीना नहीं आता। मैं भरा तो विछड़ के नहीं रह सकदा। गुरु गोबिंद सिंह साहब नूं कहिंदा बाबा जुझार सिंह कहिंदे ने, सच्चे पातशाह देवो आ गया पिता जी मैं भी जावा, वड्डा वीर गया जग नू, देवो आ गया पिता जी मैं भी जावा, वड्डा वीर गया जग नू, देवो आ गया पिता जी मैं भी जावा, वड्डा वीर तलवार चलाउणी नहीं आउंदी, तलवार अगे अपना सिर धरना ते आउंदा, मैनूं जाके जूझ के शहीदी प्राप्त करन दी आग्या दित्ती जावे। बाबा जुझार सिंह साहब भी गए, आख्या सिंघां ने महाराज एक रख लो निशानी रह जाएगी, छोटियां दा की पता उन्होंने मिलना है कि नहीं मिलना, एक रख लो। गुरु गोबिंद सिंह साहब कह लगे ना भाई, नाम करमा करके रहिंदा है, बच्चियां करके नाम नहीं रहिंदा। बच्चियां करके ते भरम है साडे मन दा भी बच्चियां करके पता नहीं साडा नाम रहेगा। कई बार बच्चे औलाद इदां दी हुंदी है सगो बर्बाद कर दिंदी सारा कुछ, पग मिट्टी च मिला देंदे ने कई, नाम ते करमा करके रहना गुरु को, बच्चिया करके नहीं। बच्चिया करके नाम रख भी लोगे एक पीढ़ी चलेगा दो पीढ़ी उदो बाद ते खत्म। अजकल ते जिउंदियां दा नाम नहीं दा दसदे भी मेरा प्यो कौन है, बाद च किन्ने दसना है। इह ते भरम है साडे मन दा, कुछ ऐसा अपनी जिंदगी विच करना चाहीदा है कि दुनिया याद करे आ सेवा फलाने सिंह ने कीती। आखो सतनाम, इतने किन्ने सेवादारा ने सेवा सेवावां कीतियां होणगियां, किसे ने कोई किसे ने कोई किसे ने कोई, वो सेवा याद रहिंदी है।
ਉਹ ਕਮਾਈਆਂ ਜਿਹੜੀਆਂ ਕੀਤੀਆਂ ਨੇ ਉਹ ਯਾਦ ਰਹਿੰਦੀਆਂ ਨੇ, ਕਰਨੀ ਕਰਕੇ ਨਾਮ ਰਹਿੰਦਾ ਗੁਰਮੁਖੋ ਕਰਨੀ ਕਰਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਜਾਣ ਦਿਓ ਸ਼ਹੀਦ ਹੋਣ ਦਿਓ। ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋ ਗਏ। ਅੱਠ ਪੋਹ ਦੀ ਸ਼ਾਮ ਪਈ, ਜੰਗ ਬੰਦ ਹੋ ਗਿਆ। ਕਲਗੀਧਰ ਚਮਕੌਰ ਦੀ ਗੜੀ ਚ ਨੇ ਕਹਿੰਦੇ ਕੱਲ ਨੂੰ ਅਸੀਂ ਆਪ ਜਾਵਾਂਗੇ, ਜੰਗ ਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਜਾਂਗੇ। ਸਿੰਘ ਅੱਗੇ ਹੋ ਕੇ ਬੇਨਤੀ ਲੱਗੇ ਕਰਨ, ਕਹਿੰਦੇ ਮਹਾਰਾਜ ਜੇ ਤੁਸੀਂ ਹੋ ਤੁਸੀਂ ਤੇ ਪੱਥਰਾਂ ਵੱਲ ਵੀ ਨਜ਼ਰ ਮਾਰ ਦਿਓਗੇ ਨਾ, ਮਿੱਟੀ ਦੇ ਡਲਿਆਂ ਵੱਲ ਵੀ ਨਜ਼ਰ ਮਾਰ ਦਿਓਗੇ, ਉਹਨਾਂ ਨੂੰ ਵੀ ਤੁਸੀਂ ਬੰਦੇ ਬਣਾ ਕੇ ਸਿੰਘ ਬਣਾ ਸਕਦੇ ਹੋ, ਤੁਹਾਡੇ ਚ ਇੰਨੀ ਤਾਕਤ ਹੈ, ਅਸੀਂ ਲੱਖਾਂ ਇਕੱਠੇ ਹੋ ਜਾਈਏ ਅਸੀਂ ਲੱਖਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ, ਸਾਡੇ ਵਰਗੇ ਤੁਸੀਂ ਲੱਖਾਂ ਖਾਲਸੇ ਬਣਾ ਲਓਗੇ, ਅਸੀਂ ਲੱਖਾਂ ਰਲ ਜਾਈਏ ਅਸੀਂ ਤੁਹਾਡੇ ਵਰਗਾ ਦੂਜਾ ਗੁਰੂ ਗੋਬਿੰਦ ਸਿੰਘ ਥੋੜਾ ਬਣਾ ਸਕਦੇ, ਤੁਹਾਡੇ ਚ ਪਾਵਰ ਹੈ, ਤੁਸੀਂ ਸਾਡੇ ਵਰਗੇ ਜਿੰਨੇ ਮਰਜ਼ੀ ਬਣਾ ਲਓਗੇ, ਜੇ ਤੁਸੀਂ ਨਾ ਰਹੇ ਤੇ ਸਾਡੇ ਕੋਲ ਕੁਛ ਨਹੀਂ। ਸਤਿਗੁਰੂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਸਤਿਗੁਰੂ ਨਹੀਂ ਮੰਨੇ। ਫਿਰ ਸਿੰਘਾਂ ਨੇ ਆਖਿਆ ਜੇ ਤੁਸੀਂ ਬੇਨਤੀ ਨਾ ਮੰਨੀ ਫਿਰ ਪੰਜ ਹੁਕਮ ਕਰਨਗੇ, ਤੁਹਾਨੂੰ ਮੰਨਣਾ ਪੈਣਾ। ਫਿਰ ਕਲਗੀਧਰ ਜੀ ਨੇ ਹਾਂ ਕੀਤੀ। ਸਤਿਗੁਰੂ ਕਹਿੰਦੇ ਲੁਕ ਕੇ ਨਹੀਂ ਜਾਣਾ, ਲਲਕਾਰ ਕੇ ਜਾਣਾ। ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਨਿਕਲੇ, ਚਰਨਾਂ ਦਾ ਜੋੜਾ ਲਾ ਦਿੱਤਾ। ਸਿੰਘਾਂ ਨੇ ਬੇਨਤੀ ਕੀਤੀ ਸਤਿਗੁਰੂ ਜੋੜਾ ਨਾ ਲਾਓ, ਬਾਹਰ ਠੰਡ ਬੜੀ ਹੈ, ਕੰਡੇ ਬੜੇ ਨੇ, ਸਤਿਗੁਰੂ ਜੋੜਾ ਨਾ ਲਾਓ। ਗੁਰੂ ਗੋਬਿੰਦ ਸਿੰਘ ਸਾਹਿਬ ਆਖਣ ਲੱਗੇ ਜਿੱਥੇ ਤੁਰਕਾਂ ਦੀਆਂ ਲਾਸ਼ਾਂ ਪਈਆਂ ਨੇ ਉੱਥੇ ਸ਼ਹੀਦ ਹੋਏ ਸਿੰਘਾਂ ਦੇ ਸਰੀਰ ਵੀ ਪਏ ਨੇ, ਕਿਸੇ ਸ਼ਹੀਦ ਸਿੰਘ ਦੇ ਸਰੀਰ ਨੂੰ ਮੇਰਾ ਜੁੱਤਾ ਨਾ ਲੱਗ ਜਾਏ, ਤਾਂ ਜੋੜਾ ਲਾ ਦਿੱਤਾ ਮਹਾਰਾਜ। ਆਪ ਲਾ ਦਿੱਤਾ, ਚਰਨੀ ਜੋੜਾ ਨਹੀਂ, ਨੀਲਾ ਘੋੜਾ ਨਹੀਂ, ਹੱਥ ਵਿੱਚ ਬਾਜ ਨਹੀਂ ਤੇ ਸਿਰ ਤੇ ਤਾਜ ਨਹੀਂ, ਨਾ ਘੋੜਾ ਏ ਨਾ ਜੋੜਾ ਏ ਨਾ ਬਾਜ ਨਾ ਤਾਜ, ਪੈਰੀ ਦਿਸੇ ਨਾ ਮਖਮਲੀ ਗੜੀ ਤੋਂ ਤਾੜੀ ਮਾਰ ਕੇ ਨਿਕਲੇ। ਇਤਿਹਾਸਕਾਰ ਕਹਿੰਦੇ ਨੇ ਹੁਣ ਇੱਥੇ ਧਿਆਨ ਦੇਣਾ, ਕਹਿੰਦੇ ਬੱਦਲਾਂ ਚ ਬਿਜਲੀ ਚਮੱਕੇ ਸੀਗੀ ਮਾਰ ਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਕਹਿੰਦੇ ਨੇ ਦਇਆ ਸਿੰਘ ਵੱਲ ਨਿਗਾਹ ਪਈ ਜਾਂ ਦਾ ਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ। ਕਹਿੰਦੇ ਬਿਜਲੀ ਲਿਸ਼ਕਦੀ ਸੀ ਆਸਮਾਨ ਵਿੱਚ ਤੇ ਬਿਜਲੀ ਲਿਸ਼ਕਣ ਕਰਕੇ ਚਾਨਣ ਹੁੰਦਾ ਸੀ, ਚਾਨਣ ਹੋਣ ਕਰਕੇ ਧਰਤੀ ਤੇ ਪਏ ਸਰੀਰਾਂ ਦੀ ਪਛਾੜ ਹੁੰਦੀ ਸੀ, ਤੇ ਕਲਗੀਧਰ ਸੱਚੇ ਪਾਤਸ਼ਾਹ ਲੰਘਣ ਲੱਗੇ, ਦਇਆ ਸਿੰਘ ਵੱਲ ਨਿਗਾਹ ਪੈ ਗਈ, ਵੇਖਿਆ ਕੌਣ ਹੈ ਗੋਦ ਵਿੱਚ, ਜੁਝਾਰ ਸਿੰਘ ਮੇਰਾ ਪੁੱਤਰ, ਕਈ ਕਦਮਾਂ ਪਿੱਛੇ ਹਟ ਕੇ ਏਦਾਂ ਲੰਘ ਚੱਲੇ ਜਿਵੇਂ ਜਾਣਦੇ ਹੀ ਨਹੀਂ ਗੁਰੂ ਗੋਬਿੰਦ ਸਿੰਘ। ਸੱਚੇ ਪਾਤਸ਼ਾਹ ਨੂੰ ਜਾਂਦਿਆਂ ਨੂੰ ਵੇਖ ਕੇ ਦਇਆ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ
ਕੀਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਕੀ ਵਿਗੜ ਚੱਲਦਾ ਸੀ ਕੀਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਦੇ ਫੁੱਲ ਤੇ ਕੇਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਛਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਐਦਾਂ ਲੰਘ ਗਏ ਜਿਵੇਂ ਜਾਣਦਾ ਹੀ ਨਹੀਂ ਇਹ ਤੁਹਾਡੇ ਪੁੱਤਰ ਨੇ ਤੁਹਾਡੀ ਤਿਆਗ ਦੀ ਮਹਿੰਦੀ ਲੈਣੀ ਨਹੀਂ ਸੀ ਇੱਕ ਵਾਰੀ ਹੱਥ ਤੇ ਫੇਰ ਜੋ ਜਾਂਦੇ ਜਾਂਦੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉੱਤਰ ਦਿੱਤਾ ਮੇਰੀ ਰੂਹ ਉਹ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਮੇਰਾ ਵੀ ਦਿਲ ਕਰਦਾ ਸੀ ਪਰ ਮੈਂ ਹੁਕਮ ਵਜਾ ਕੇ ਜਾਨ ਬਚਾ ਕੇ ਭੱਜ ਗਏ ਇਹ ਮੈਂ ਚੱਲ ਸਕਣਾ ਪਰ ਇੱਥੇ ਧਿਆਨ ਦੇਣਾ ਉਹ ਮੈਨੂੰ ਰੱਤਾ ਪਰਵਾਹ ਨਹੀਂ ਪਾਵੇਂ ਜਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਜੇ ਮੈਂ ਹੱਥ ਫੇਰਾਂਗਾ ਫਿਰ ਸਾਰਿਆਂ ਤੇ ਫੇਰਾਂਗਾ ਮੈਂ ਇਹ ਨਾ ਸੁਣਾ ਵੀ ਸਿੰਘਾਂ ਤੇ ਪੁੱਤਰਾਂ ਚ ਗੁਰੂ ਗੋਬਿੰਦ ਸਿੰਘ ਨੇ ਫਰਕ ਰੱਖਿਆ ਰਣ ਦਾ ਚੋਰ ਕਹਿ ਲੈਣ ਲੋਕ ਭੱਜ ਗਏ ਜਾਨ ਬਚਾ ਕੇ ਇਹ ਕਹਿ ਲੈਣ ਪਰ ਮੈਂ ਇਹ ਨਹੀਂ ਸੁਣ ਸਕਦਾ ਕੋਈ ਆਖੇ ਵੀ ਸਿੰਘਾਂ ਤੇ ਪੁੱਤਾਂ ਚ ਗੁਰੂ ਗੋਬਿੰਦ ਸਿੰਘ ਨੇ ਫਰਕ ਰੱਖਿਆ ਕਲਗੀਧਰ ਸੱਚੇ ਪਾਤਸ਼ਾਹ ਇੱਕ ਰੱਖ ਲੈਣਾ ਸੀ ਗੁਰੂ ਗੋਬਿੰਦ ਸਿੰਘ ਆਖਣ ਲੱਗੇ ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ ਓਏ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਹੀ ਬੇੜੀ ਵਿੱਚ ਨਹੀਂ ਸਾ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਇੱਕ ਚੀਜ਼ ਰੱਖਣੀ ਸੀ ਜਾਂ ਅਸੂਲ ਰੱਖਦਾ ਜਾਂ ਅਸੂਲ ਰੱਖਦਾ ਜਾਂ ਆਪਣਾ ਪਰਿਵਾਰ ਰੱਖਦਾ ਜਾਂ ਕੌਮ ਰੱਖਦਾ ਜਾਂ ਪੁੱਤਾਂ ਦਾ ਪਿਆਰ ਰੱਖਦਾ ਮੈਂ ਕੌਮ ਰੱਖ ਲਈ ਮੈਂ ਪੁੱਤਰ ਨਹੀਂ ਰੱਖੇ ਮੈਂ ਅਸੂਲ ਰੱਖ ਲਏ ਮੈਂ ਆਪਣਾ ਪਰਿਵਾਰ ਨਹੀਂ ਰੱਖਿਆ ਇੱਕ ਚੀਜ਼ ਹੀ ਰੱਖਣੀ ਸੀ ਦੋਹਾਂ ਬੇੜੀਆਂ 'ਚ ਮੈਂ ਪੈਰ ਨਹੀਂ ਰੱਖ ਸਕਦਾ ਸੀ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਚੱਲਿਆ ਇੱਥੇ ਹੁਣ ਧਿਆਨ ਦੇਣਾ ਦਇਆ ਸਿੰਘ ਨੇ ਆਖਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਫਿਰ ਮੈਨੂੰ ਹੁਕਮ ਕਰੋ ਸਤਿਗੁਰੂ ਕਹਿੰਦੇ ਕੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੇਰਾ ਦਿਲ ਕਰਦਾ ਹੈ ਆ ਤੁਹਾਡੇ ਸਾਹਿਬਜ਼ਾਦੇ ਮੈਦਾਨੇ ਇੱਥੇ ਪਏ ਨੇ ਸੱਚੇ ਪਾਤਸ਼ਾਹ ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆ ਨਵਾਈ ਦੀ ਅਖੀਰੀ ਉਹ ਰਸਮ ਨਵਾ ਦਿਆ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ ਸੱਚੇ ਪਾਤਸ਼ਾਹ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕੱਫਣੋ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਜੇ ਤੁਸੀਂ ਨਹੀਂ ਕੱਪੜਾ ਪਾਉਣਾ ਤੇ ਮੈਨੂੰ ਹੁਕਮ ਕਰੋ ਕਲਗੀਆਂ ਵਾਲੇ ਆਖਣ ਲੱਗੇ ਗੱਲ ਸੁਣਦਾ ਆ ਸੀਗਾ ਇਹ ਗੱਲ ਨਾ ਕਰ ਜੇ ਕੱਪੜਾ ਪਾਣਾ ਹੀ ਫਿਰ ਸਾਰਿਆਂ ਤੇ ਪਾ ਇਹਨਾਂ ਤੇਰੇ ਕੋਲ ਹੈ ਤੇ ਸਭ ਤੇ ਪਾ ਮੇਰੇ ਇਕੱਲੇ ਬੱਚਿਆਂ ਤੇ ਕੱਪੜਾ ਨਾ ਪਾਈ ਅੱਗੋਂ ਸਨ ਬੋਲੇ ਦਸ਼ਮੇਸ਼ ਲਲਕਾਰ ਕੇ
ਉਹ ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਉਹ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ ਦਇਆ ਸਿੰਘਾ ਮੋਹ ਵਾਲੇ ਤਿਲਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਓਏ ਕੌਮ ਦੇ ਸ਼ਹੀਦ ਨਹੀਂ ਉਹ ਕਫਣਾਂ ਨੂੰ ਲੋੜ ਦੇ ਤੂੰ ਇਹਦਾ ਹੀ ਨਿਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ ਦਇਆ ਸਿੰਘਾ ਮੋਹ ਦੀਆਂ ਕਿਉਂ ਦਈ ਜਾਂਦਾ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਬੀਆਂ ਇੱਥੇ ਹੀ ਨਹੀਂ ਨਿਬੜਿਆ ਆ ਤੈਨੂੰ ਵੱਡੇ ਸ਼ਹੀਦ ਹੁੰਦੇ ਦਿਸਦੇ ਨੇ ਦਿਨ ਥੋੜੀ ਲੰਘਣੇ ਨੇ ਮੇਰੇ ਨਿੱਕਿਆਂ ਦਾ ਸੁਨੇਹਾ ਵੀ ਆ ਜਾਣਾ ਗੁਰੂ ਗੋਬਿੰਦ ਸਿੰਘ ਐਡਾ ਜਿਗਰਾ ਕਿੱਥੇ ਹੋਏਗਾ ਗੁਰਮੁਖੋ ਐਦਾਂ ਲੰਘ ਗਏ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਤੇ ਸਿਰਫ ਇਸ ਕਰਕੇ ਸਾਡੇ ਵੱਲ ਇਸ਼ਾਰਾ ਸੀ ਵੀ ਮੇਰੇ ਬੜੇ ਪੁੱਤਰ ਪੈਦਾ ਹੋ ਜਾਣਗੇ ਬੜਾ ਕੁਝ ਬੜੇ ਮੇਰੇ ਬੱਚੇ ਹੋਣਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਤੋਂ ਚਲੇ ਗਏ ਹੁਣ ਇੱਥੇ ਮੈਂ ਨਿਸ਼ਕਾਮਤਾ ਦੀ ਗੱਲ ਕਰਨੀ ਚਾਹੁੰਦਾ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਜਿੱਥੇ ਸ਼ਹੀਦ ਹੋਏ ਉਸ ਜਗ੍ਹਾ ਦੇ ਉੱਤੇ 100 ਸਾਲ ਲੰਘ ਗਿਆ 100 ਸਾਲ ਬੀਬੀ ਸ਼ਰਨ ਕੌਰ ਨੇ ਰਾਤ ਨੂੰ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸਿੰਘਾਂ ਦਾ ਸੰਸਕਾਰ ਕੀਤਾ ਕਲਗੀਧਰ ਨੇ ਦਰਸ਼ਨ ਦਿੱਤੇ ਜਾ ਕੇ ਸਿੰਘਾਂ ਦਾ ਸੰਸਕਾਰ ਬੀਬੀ ਕੱਲੀ ਨੇ ਕੀਤਾ ਰਾਤ ਨੂੰ ਕੱਲੇ ਕੱਲੇ ਸਿੰਘ ਦੇ ਸਰੀਰ ਨੂੰ ਚੁੱਕ ਕੇ ਕੱਲੀ ਬੀਬੀ ਨੇ ਲਾਸ਼ਾਂ ਦਾ ਢੇਰ ਲੱਗ ਗਿਆ ਇੱਕ ਚਿਖਾ ਚਿਣੀ ਜਿਹਦੇ ਤੇ ਸਾਰੇ ਸਿੰਘ 32 ਸਿੰਘ ਲੱਭੇ ਸਰੀਰ ਤੇ ਇੱਕ ਤੇ ਵੱਡੇ ਸਾਹਿਬਜ਼ਾਦੇ ਕੱਲੇ ਦੋਵੇਂ ਸਾਹਿਬਜ਼ਾਦਿਆਂ ਨੂੰ ਚੁੱਕ ਚੁੱਕ ਕੇ ਕੱਲੀ ਬੀਬੀ ਨੇ ਸ਼ਰਨ ਕੌਰ ਨੇ ਸਿੰਘਾਂ ਦੇ 2 ਚਿਖਾ ਬਣਾਈਆਂ ਇੱਦਾਂ ਇੱਕ ਪਾਸੇ ਸਾਰੇ ਸਿੰਘ ਤੇ ਇੱਕ ਪਾਸੇ ਵੱਡੇ ਸਾਹਿਬਜ਼ਾਦਿਆਂ ਲਈ ਚਿਖਾ ਬਣਾਈ ਬੀਬੀ ਨੇ ਕੀਰਤਨ ਸੋਹਿਲਾ ਪੜ੍ਹ ਕੇ ਲਾਂਬੂ ਲਾ ਦਿੱਤਾ ਕੱਲੀ ਬੀਬੀ ਦੀ ਇੰਨੀ ਹਿੰਮਤ ਸੀ ਤੇ ਉਸ ਵੇਲੇ ਸਿਪਾਹੀ ਜਿਹੜੇ ਪਹਿਰੇਦਾਰ ਸਨ ਭੱਜ ਕੇ ਆਏ ਕਹਿਣ ਲੱਗੇ ਬੀਬੀ ਤੂੰ ਕੌਣ ਹੈ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਇੱਥੇ ਕੀ ਕਰਨ ਆਈ ਹੈ ਆਖਣ ਲੱਗੀ ਆਪਣੇ ਫਰਜ਼ ਨਿਭਾਉਣ ਆਪਣੀ ਡਿਊਟੀ ਕਰਨ ਜਿਹੜੇ ਸਾਡੇ ਫਰਜ਼ ਨੇ ਕਹਿੰਦੇ ਤੈਨੂੰ ਡਰ ਨਹੀਂ ਲੱਗਦਾ ਕਹਿੰਦੇ ਜਿੱਦਣ ਤੋਂ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾ ਦਿੱਤਾ ਸਾਡੇ ਸਾਰੇ ਡਰ ਚੁੱਕੇ ਗਏ ਜੇ ਅਸੀਂ ਅੰਮ੍ਰਿਤਧਾਰੀ ਹਾਂ ਤੇ ਸਾਨੂੰ ਮੌਤ ਤੋਂ ਡਰ ਲੱਗਦਾ ਇਹਦਾ ਮਤਲਬ ਅਸੀਂ ਅੰਮ੍ਰਿਤ ਨੂੰ ਸਮਝਿਆ ਹੀ ਨਹੀਂ ਜੇ ਅੰਮ੍ਰਿਤਧਾਰੀ ਹਾਂ ਤੇ ਸਾਨੂੰ ਦੁੱਖਾਂ ਤੋਂ ਡਰ ਲੱਗਦਾ ਇਹਦਾ ਮਤਲਬ ਅਸੀਂ ਅੰਮ੍ਰਿਤ ਨੂੰ ਸਮਝਿਆ ਹੀ ਨਹੀਂ ਅਸੀਂ ਘਬਰਾਉਂਦੇ ਹਾਂ ਨਾ ਜੇ ਤਕਲੀਫਾਂ ਤੋਂ ਇਹਦਾ ਮਤਲਬ ਅਸੀਂ ਅੰਮ੍ਰਿਤ ਨੂੰ ਸਮਝਿਆ ਹੀ ਨਹੀਂ ਸਿਰਫ ਛਕਿਆ ਹੀ ਹੈ ਅਸੂਲ ਨਹੀਂ ਧਾਰਨ ਕੀਤੇ ਬੀਬੀ ਤੈਨੂੰ ਡਰ ਨਹੀਂ ਲੱਗਦਾ ਕਹਿੰਦੀ ਕਬੀਰ ਐਸੀ ਹੋਏ ਪਰੀ ਮਨ ਕੋ ਭਾਵ ਤਕੀਨ ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਧੋਰਾ ਲੀਨ ਅਸੀਂ ਤੇ ਤਿਆਰ ਹੀ ਰਹਿੰਦੇ ਹਾਂ ਸਾਨੂੰ ਨਹੀਂ ਡਰ ਲੱਗਦਾ ਖਾਲਸਾ ਤੇ ਪੈਦਾ ਹੀ ਮੌਤ ਵਿੱਚੋਂ ਹੋਇਆ ਹੈ ਤੇਗ ਵਿੱਚੋਂ ਹੋਇਆ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਸਾਡੇ ਸਤਿਗੁਰੂ ਨੂੰ ਤੇ ਕਿਹਾ ਹੀ ਇਹ ਆ ਤੇ ਧਿਆਨ ਦੇਣਾ ਬੀਬੀ ਸ਼ਰਨ ਕੌਰ ਦੇ ਨੇੜੇ ਸਿਪਾਹੀ ਲੱਗੇ ਆਉਣ ਬੀਬੀ ਸ਼ਰਨ ਕੌਰ ਨੇ ਕਈਆਂ ਦਾ ਮੁਕਾਬਲਾ ਕੀਤਾ ਆਖਿਰਕਾਰ ਬੀਬੀ ਸ਼ਰਨ ਕੌਰ ਨੂੰ ਜ਼ਬਰਦਸਤੀ ਚੁੱਕ ਕੇ ਬਲ ਦੀ ਚਿਖਾ ਦੇ ਵਿੱਚ ਸੁੱਟ ਦਿੱਤਾ ਸੀ ਉੱਥੇ ਬੀਬੀ ਸ਼ਹੀਦ ਹੋਈ ਹੁਣ ਇੱਥੇ ਧਿਆਨ ਦੇਣਾ ਅਗਲੇ ਦਿਨ ਕੁਝ ਸਿੰਘਾਂ ਨੇ ਆ ਕੇ ਭੇਖ ਬਣਾ ਕੇ ਕਮਲਿਆਂ ਦਾ ਕੱਪੜੇ ਪਾਟੇ ਪਾ ਕੇ ਮਿੱਟੀ ਖੇ ਉਡਾਉਂਦੇ ਉਡਾਉਂਦੇ ਆਏ ਸਾਰੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਜਿੰਨਾ ਉੱਥੇ ਰਾਖ ਸੀ ਸਾਰੀ ਇਕੱਠੀ ਕਰਕੇ ਧਰਤੀ ਚ ਦੱਬ ਗਏ ਹੁਣ ਚਮਕੌਰ ਦੀ ਗੜੀ ਵਿੱਚ 100 ਸਾਲ ਲੰਘ ਗਿਆ ਜੰਗ ਹੋਏ ਨੂੰ 100 ਸਾਲ ਲੰਘ ਗਿਆ ਉੱਥੇ ਇੱਕ ਚੌਧਰੀ ਸੀ ਦਿਆਲ ਸਿੰਘ ਚੌਧਰੀ ਦਿਆਲ ਸਿੰਘ ਉਹਦਾ ਨਾਂ ਸੀ ਉਹ ਇਲਾਕੇ ਦਾ ਚੌਧਰੀ ਸੀ ਉਹਦੀ ਜ਼ਮੀਨ ਸੀ ਉਹ ਲੱਭਦਾ ਰਹਿੰਦਾ ਸੀ ਉਹ ਜਗ੍ਹਾ ਕਿੱਥੇ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਉਹ ਜਗ੍ਹਾ ਕਿੱਥੇ ਹੈ ਜਿੱਥੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਦੱਬੀਆਂ ਗਈਆਂ ਨੇ ਕਹਿੰਦੇ ਨੇ ਚੌਧਰੀ ਦਿਆਲ ਸਿੰਘ ਸਾਰਾ ਸਾਰਾ ਦਿਨ ਫਿਰਦਾ ਰਿਹਾ ਕਰੇ ਲੱਭਦਾ ਰਿਹਾ ਕਰੇ ਇੱਕ ਦਿਨ ਉਹਨੂੰ 100 ਸਾਲ ਤੋਂ ਵੀ ਵੱਡੀ ਉਮਰ ਦਾ ਬਜ਼ੁਰਗ ਮਿਲਿਆ ਉਹ ਚੌਧਰੀ ਸਾਰਾ ਦਿਨ ਫਿਰਦਾ ਰਹਿੰਦਾ ਸੀ ਮੈਨੂੰ ਕੋਈ ਤੇ ਦੱਸੇ ਕਿ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਕਿਹੜੀ ਥਾਂ ਤੇ ਦੱਬੀਆਂ ਪਤਾ ਤੇ ਲੱਗੇ ਜੰਗ ਕਿੱਥੇ ਹੋਇਆ
एक सौ साल तो वड्डी उम्र दा बजुर्ग मिलिया, उन्हें आख्या सी निके निके पाली सा मझां चारन वाले सानू पता है केड़ी जगह ते साहबजादियां दा अस्थियां दबियां ने। चौधरी दयाल सिंह कहिंदा बजुर्गो दसो, उन्हें दसिया आ थां है इत्थे दबियां ने। कहिंदे ने चौधरी दयाल सिंह ने धरती नूं मत्था लाया, सारी रात ही रोंदा रहा धरती नूं मत्था ला के भी मैं कित्थे सां जदों शहीदियां होईयां, असी क्यों ना शहीद होए। सवेरे उठिया इलाका इकट्ठा कर लिया, कहिंदा भाई इत्थे यादगार बनाउणी है साहबजादियां दे नां ते, गुरद्वारा बनाउणा है। ग्रंथी सिंह आए अरदास लगे करन, ग्रंथी सिंह नूं भाई दयाल सिंह जी आखण लगे अरदास करो भी सेवा करन लगे आ, सेवा चढ़दी कला नाल होवे। सतगुरु अपना अस्थान आप बना लैण, साहबजादे कृपा करके शहीद सिंह कृपा करके अस्थान बनवा लैण। ते दयाल सिंह ने आख्या ग्रंथी सिंह जी एक अरदास होर भी करनी है, कहिंदे की ਇਹ ਕਹਿ ਦਿਓ ਵੀ ਦਿਆਲ ਸਿੰਘ ਦਾ ਕੱਖ ਨਾ ਰਵੇ। ਉਹ ਆਪ ਕਹਿੰਦਾ ਜ਼ਮੀਨ ਉਹਦੀ ਸੀ ਨਾ ਸਾਰੀ, ਚੌਧਰੀ ਪੈਸੇ ਵਾਲਾ ਬੜਾ ਸੀ। ਇਹ ਅਰਦਾਸ ਕਰੋ ਨਾਲ ਵੀ ਦਿਆਲ ਸਿੰਘ ਦਾ ਕੱਖ ਨਾ ਰਵੇ, ਇਹ ਅਰਦਾਸ ਕਰੋ ਸਥਾਨ ਚੜ੍ਹਦੀ ਕਲਾ ਨਾਲ ਬਣੇ ਤੇ ਦਿਆਲ ਸਿੰਘ ਦੀ ਕੁੱਲ ਅੱਗੇ ਨਾ ਵਧੇ। ਕਹਿੰਦੇ ਚੌਧਰੀ ਆ ਇਹ ਕਿਉਂ ਕਹਿੰਦਾ ਹੈ? ਚੌਧਰੀ ਆਖਣ ਲੱਗਾ ਮੇਰਾ ਜੇ ਕੱਲ ਨੂੰ ਕੋਈ ਪੁੱਤ ਜਾਂ ਪੋਤਾ ਜਾਂ ਪੜੋਤਾ ਹੋਏਗਾ ਉਹ ਇਹ ਨਾ ਕਹਿ ਦੇ ਵੀ ਸਾਡੀ ਜਗ੍ਹਾ ਚ ਗੁਰਦੁਆਰਾ ਬਣਿਆ, ਆ ਜ਼ਮੀਨ ਸਾਡੀ ਹੈ, ਬਸ ਇਹ ਜੋ ਕੁਝ ਮੇਰਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਲਈ ਰਹਿਣਾ ਚਾਹੀਦਾ ਹੈ। ਕੱਲ ਨੂੰ ਕੋਈ ਬੰਦਾ ਮੇਰ ਨਾ ਕਰੇ ਵੀ ਸਾਡੀ ਜਗ੍ਹਾ, ਮੇਰੀ ਕੁੱਲ ਨਾ ਵਧੇ। ਕਹਿੰਦੇ ਨੇ ਦਿਆਲ ਸਿੰਘ ਦੀ ਕੁੱਲ ਅੱਗੇ ਨਹੀਂ ਵਧੀ, ਸਭ ਕੁਝ ਹੀ ਸਾਹਿਬਜ਼ਾਦਿਆਂ ਦੇ ਨਾਂ ਕਰ ਗਿਆ। ਇਹ ਹੈ ਨਿਸਕਾਮਤਾ। ਅਸੀਂ ਤੇ ਕੁਛ ਵੀ ਭੇਟ ਕਰਨੇ ਆ ਮਾੜਾ ਮੋਟਾ ਤੇ ਸੱਚੇ ਪਾਤਸ਼ਾਹ ਸਾਰੀ ਦੁਨੀਆਂ ਚ ਮੇਰਾ ਨਾਂ ਬੋਲਿਆ ਜਾਏ ਪਤਾ ਲੱਗੇ, ਪਰ ਧੰਨ ਕਮਾਈਆਂ ਗੁਰਮੁਖੋ ਧੰਨ ਭਾਈ ਦਿਆਲ ਸਿੰਘ ਵਰਗੇ ਜਿਹੜੇ ਅਰਦਾਸਾਂ ਕਰਾਉਂਦੇ ਨੇ, ਰਵੇ ਹੀ ਕੱਖ ਨਾ ਸਾਡਾ, ਸਭ ਕੁਝ ਗੁਰੂ ਦਾ, ਸਭ ਕੁਝ ਹੈ ਹੀ ਉਹਦਾ। ਕਬੀਰ ਮੇਰਾ ਕੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗੇ ਮੇਰਾ। ਇਹ ਨਿਸਕਾਮਤਾ ਭਾਈ ਸਾਹਿਬ ਭਾਈ ਪੂਰਨ ਸਿੰਘ ਜੀ ਦੇ ਵਿੱਚ ਸੀ। ਗੁਰਮੁਖੋ ਕਿੱਡੀਆਂ ਵੱਡੀਆਂ ਸੇਵਾਵਾਂ ਉਹਨਾਂ ਨੇ ਆਪਣੀ ਜ਼ਿੰਦਗੀ ਚ ਕੀਤੀਆਂ। ਬਾਬਾ ਜੀ ਦੱਸਦੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲਿਆਂ ਦੀਆਂ ਚਿੱਠੀਆਂ ਹੁਣ ਵੀ ਸਾਡੇ ਕੋਲ ਨੇ, ਇੰਡੀਆ ਤੋਂ ਚਿੱਠੀ ਉਹਨਾਂ ਲਿਖੀ ਸਾਡੇ ਕੋਲ ਪਈ ਹੈ। ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ, ਵੇਖੋ ਸਿੰਘੋ ਜਿਨ੍ਹਾਂ ਨੂੰ ਬਾਬਾ ਜਰਨੈਲ ਸਿੰਘ ਸਾਹਿਬ ਜੀ ਆਪ ਚਿੱਠੀ ਲਿਖਦੇ ਨੇ, ਉਹ ਮਹਾਂਪੁਰਖ ਕਿਹੋ ਜਿਹੇ ਹੋਣੇ ਨੇ, ਆਖੋ ਸਤਨਾਮ। ਉਹ ਕਿੱਡੀ ਕਿੱਡੀ ਬਖਸ਼ੀ ਰੂਹ ਹੋਣੀ ਹੈ। ਇਹ ਉਹਨਾਂ ਨੂੰ ਚਿੱਠੀਆਂ ਲਿਖਦੇ ਨੇ, ਉਦੋਂ ਟੈਲੀਫੋਨਾਂ ਦੇ ਸਾਧਨ ਨਹੀਂ ਸਨ ਹੁੰਦੇ। 32 ਸਾਲ ਬਾਬਾ ਜੀ ਕਹਿੰਦੇ ਨੇ ਹੋ ਗਏ ਆ, 32 ਸਾਲ ਇਸ ਗੁਰਦੁਆਰੇ ਹਰ ਮਹੀਨੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ। ਗੱਜ ਕੇ ਆਖੋ ਸਤਨਾਮ। ਇਹ ਕਿਤੇ ਛੋਟੀ ਗੱਲ, ਇਹ ਬੜੀ ਵੱਡੀ ਗੱਲ ਆ ਅੰਮ੍ਰਿਤ ਸੰਚਾਰ। ਤੇ ਕਿੰਨੇ ਪਿਆਰ ਨਾਲ ਸਾਰੇ ਸੇਵਾ ਕਰਦੇ ਆ, ਕਈ ਤੇ ਭਾਈ ਸਾਹਿਬ ਜੀ ਦੇ ਖਿਲਾਰੇ ਅੱਜ ਤੱਕ ਉੱਥੇ ਹੀ ਖਲੋਤੇ, ਜਿੱਥੇ ਉਹ ਖਿਲਾਰ ਕੇ ਗਏ ਨਾ ਵੀ ਇੱਥੇ ਤੂੰ ਡਿਊਟੀ ਕਰਨੀ ਉੱਥੇ ਹੀ ਡਿਊਟੀ ਕਰ, ਤੂੰ ਆਹ ਸੇਵਾ ਕਰਨੀ ਉੱਥੇ ਹੀ ਕਰਦੇ ਆ। ਇਹ ਕਿੰਨੀਆਂ ਕਮਾਈਆਂ, ਜਿਹੜਾ ਬਚਨ ਕਮਾਉਂਦਾ ਹੈ ਗੁਰੂ ਦਾ, ਦੁਨੀਆਂ ਫਿਰ ਉਹਦਾ ਬਚਨ ਮੰਨਦੀ ਹੈ। ਅਸਰ ਉਹਦਾ ਹੀ ਹੁੰਦਾ ਜਿਹਦੇ ਤੇ ਖੁਦ ਤੇ ਅਸਰ ਹੋਇਆ ਹੋਵੇ। ਜਿਹੜਾ ਸਤਿਗੁਰੂ ਦਾ ਬਚਨ ਕਮਾਏਗਾ ਲੋਕ ਉਹਦੀ ਗੱਲ ਜ਼ਰੂਰ ਸੁਣਨਗੇ। ਇਸ ਕਰਕੇ ਭਾਈ ਸਾਹਿਬ ਜੀ ਸਤਿਗੁਰੂ ਦੇ ਪਿਆਰੇ ਸਨ, ਤੇ ਇਸੇ ਕਰਕੇ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਸੋ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਨੇ ਕਿੰਨੀ ਵੱਡੀ ਸੇਵਾ, ਆ ਜਿਹੜਾ ਨਿਸਕਾਮ ਸਕੂਲ ਪ੍ਰਾਇਮਰੀ ਸਕੂਲ ਬਣਾਇਆ ਇਹਦੀ ਓਪਨਿੰਗ ਵੀ ਅੱਜ ਹੀ ਹੋਈ ਹੈ। ਤੇ ਮੈਨੂੰ ਦੱਸਦੇ ਸੀ 170 ਬੱਚੇ ਤਕਰੀਬਨ ਹੁਣ, ਤੇ 421 ਬੱਚੇ ਜਿਹੜੇ ਆ ਹੋਰ ਭਰਤੀ ਹੋ ਸਕਦੇ ਆ ਹੁਣ ਤੱਕ। ਅੱਗੇ ਬਹੁਤ ਵੱਡੇ ਵੱਡੇ ਫੁਰਨੇ ਨੇ ਕਿ ਇਹ ਹੌਲੀ ਹੌਲੀ ਵੱਡਾ ਸਕੂਲ ਬਣੇ, ਹਾਈ ਬਣੇ, ਫਿਰ ਕਾਲਜ ਬਣੇ, ਫਿਰ ਯੂਨੀਵਰਸਿਟੀ ਤੱਕ ਵੀ ਸੋਚਦੇ ਨੇ ਬਣੇ। ਤੇ ਮੈਂ ਕਰਜ ਕਰਾਂ ਜਦੋਂ ਸਾਧੂ ਰੰਗੇ ਹੋਏ ਫੁਰਨਾ ਕਰ ਲੈਣ ਨਾ, ਕੁਦਰਤ ਫਿਰ ਆਪੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ, ਆਪਣੇ ਆਪ ਖੇਡਾਂ ਵਰਤਦੀਆਂ ਨੇ ਆਪਣੇ ਆਪ। ਜਦੋਂ ਭਜਨ ਕਰਨ ਵਾਲਾ ਬੰਦੇ ਅਸੀਂ ਸੋਚਦੇ ਹਾਂ ਤੇ ਅੰਦਰ ਹੀ ਸਾਡੇ ਤੇ ਅਸੀਂ ਤੇ ਕਿਤੇ ਬੜਾ ਕੁਝ ਸੋਚਦੇ, ਆਹ ਹੋਵੇ ਸਾਡਾ, ਆਹ ਹੋਵੇ ਸਾਡੀਆਂ ਕਿੱਥੇ ਪੂਰੀਆਂ ਹੁੰਦੀਆਂ ਨੇ। ਪਰ ਬੰਦਗੀ ਵਾਲੇ ਜਦੋਂ ਕੋਈ ਫੁਰਨਾ ਬਣਾ ਲੈਣ
ਫਿਰ ਕੁਦਰਤ ਕੰਮ ਕਰਨਾ ਸ਼ੁਰੂ ਕਰ ਦਿੰਦੀ ਆਪਣੇ ਆਪ ਪ੍ਰੇਰਨਾ ਆਪਣੇ ਆਪ ਹੀ ਵੇਖਿਓ ਜੇ ਭਾਈ ਸਾਹਿਬ ਕਹਿੰਦੇ ਆ ਵੀ ਇੱਥੇ ਯੂਨੀਵਰਸਿਟੀਆਂ ਤੱਕ ਵੀ ਅਸੀਂ ਬਣਾਉਣੀਆਂ ਨੇ ਤੇ ਜ਼ਰੂਰ ਬਣ ਜਾਣਗੀਆਂ ਉਹਨਾਂ ਦੇ ਫੁਰਨੇ ਦੀ ਲੋੜ ਸਤਿਗੁਰੂ ਉਹਨਾਂ ਦੇ ਅੱਗ ਸੰਗ ਨੇ ਕਿਰਪਾ ਮਹਾਰਾਜ ਨੇ ਕਰਨੀ ਹੈ ਤੇ ਪਿਆਰ ਵੰਡਿਆ ਇਹਨਾਂ ਨੇ ਪਿਆਰ ਤੁਸੀਂ ਵੇਖਦੇ ਹੋ ਹਰ ਪਾਸੇ ਸੰਗਤ ਕਿੰਨੇ ਪਿਆਰ ਵਾਲੀ ਹੈ ਤੇ ਆਓ ਮੈਂ ਅੱਗੇ ਕੀ ਇਤਿਹਾਸ ਹੈ ਕੱਲ ਦੇ ਦੁਆਰ ਚ ਬੇਨਤੀ ਕਰਾਂਗਾ ਮੇਰੀ ਪਹਿਲੀ ਬੇਨਤੀ ਜ਼ਰੂਰੀ ਅਰਦਾਸਾਂ ਹੁਕਮਨਾਮਿਆਂ ਤੋਂ ਬਾਅਦ ਉੱਠਣਾ ਪਹਿਲਾਂ ਨਹੀਂ ਉੱਠਣਾ ਦੂਜੀ ਬੇਨਤੀ ਅੰਮ੍ਰਿਤ ਸੰਚਾਰ 8 ਤਰੀਕ ਨੂੰ ਵਿਲਨਹਾਲ ਧਿਆਨ ਦਿਓ ਵਿਲਨਹਾਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਇਸ ਡੇਢ ਮਹੀਨੇ ਦੇ ਟੂਰ ਵਿੱਚ ਮੈਨੂੰ 3 ਵਾਰੀ ਇੰਡੀਆ ਜਾਣਾ ਪਿਆ ਕੁਝ ਸਿਹਤ ਵੀ ਠੀਕ ਨਹੀਂ ਰਹੀ ਹੈ ਕਿ ਪਤਾ ਨਹੀਂ ਸਤਿਗੁਰੂ ਦੀ ਰਜ਼ਾ ਕੀ ਸੀ ਪਰ ਹੁਣ ਆਇਆ ਹੀ ਸਾਹਿਬ ਫਿਰ ਜਾਣਾ ਪੈ ਗਿਆ ਸੀ ਅੱਜ ਫਿਰ ਵਾਪਸ ਆਇਆ ਹੁਣ ਸਾਡੇ ਸਿਰਫ 10 ਦਿਨ ਰਹਿ ਗਏ ਨੇ ਇੱਥੇ ਅਸੀਂ 8 ਵਾਰੀ ਕੋਸ਼ਿਸ਼ ਕੀਤੀ ਮੈਂ ਅਰਦਾਸ ਸਤਿਗੁਰੂ ਦੇ ਚਰਨਾਂ ਚ ਵੀ 8 ਵਾਰੀ ਅੰਮ੍ਰਿਤ ਦਾ ਬਾਟਾ ਡੇਢ ਮਹੀਨੇ ਚ ਤਿਆਰ ਹੋਵੇ ਤੇ ਸਤਿਗੁਰੂ ਦੀ ਕਿਰਪਾ ਨਾਲ 5 ਵਾਰੀ ਅੰਮ੍ਰਿਤ ਸੰਚਾਰ ਹੋ ਗਿਆ ਤੇ 3 ਵਾਰੀ ਅਜੇ ਹੋਰ ਅੰਮ੍ਰਿਤ ਸੰਚਾਰ ਹੋਣਾ ਹੈ ਤੇ ਮੇਰੀ ਸਾਧ ਸੰਗਤ ਦੇ ਚਰਨਾਂ ਚ ਬੇਨਤੀ ਹੈ ਵੀ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਤਿਆਰੀ ਕਰੋ ਬਾਕੀ ਬੇਨਤੀਆਂ ਕੱਲ ਦੇ ਦੀਵਾਨ ਚ ਅੰਮ੍ਰਿਤ ਧਾਰੀ ਹੋਈਏ ਸਿੰਘ ਸਜੀਏ ਗੁਰੂ ਵਾਲੇ ਬਣੀਏ ਤਾਂ ਹੀ ਸਾਡਾ ਲੋਕ ਪਰਲੋਕ ਸੁਹੇਲਾ ਹੈ ਤੇ ਅਰਦਾਸ ਤੁਸੀਂ ਜ਼ਰੂਰ ਕਰਿਓ ਅਸੀਂ ਵੀ ਤੁਹਾਡੇ ਬੱਚਿਆਂ ਵਰਗੇ ਹਾਂ ਵੀ ਸਤਿਗੁਰੂ ਸਿਹਤ ਠੀਕ ਰੱਖਣ ਤੁਹਾਡੇ ਚਰਨਾਂ ਚ ਹਾਜ਼ਰੀ ਭਰਦੇ ਰਹੀਏ ਇਹ ਵੀ ਸਤਿਗੁਰੂ ਦੀ ਰਜ਼ਾ ਹੈ ਤੇ ਮੈਂ ਲਾਈਵ ਟੈਲੀਕਾਸਟ ਚੱਲਦਾ ਹੈ ਸਾਡੇ 5 ਦੀਵਾਨ ਰੱਦ ਹੋਏ ਆ 5 ਦੀਵਾਨ ਤੇ ਮੇਰੀ ਮਜਬੂਰੀ ਸੀ ਮੈਂ ਸਾਰੀ ਸੰਗਤ ਤੋਂ ਜਾਂ ਉਹ ਪ੍ਰਬੰਧਕ ਕਿਤੇ ਸੁਣਦੇ ਹੋਣ ਜਾਂ ਸੰਗਤ ਸੁਣਦੀ ਹੋਵੇ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਣਾ ਕਿ ਤੁਹਾਡੇ ਚ ਹਾਜ਼ਰੀ ਨਹੀਂ ਭਰ ਸਕਿਆ ਮੇਰਾ ਹੀ ਕੋਈ ਕਰਮ ਮਾੜਾ ਆ ਗਿਆ ਹੋਣਾ ਜਿਹੜਾ ਮੈਂ ਦੂਰ ਚਲਿਆ ਗਿਆ ਸਤਿਗੁਰੂ ਦੇ ਚਰਨਾਂ ਚ ਹਾਜ਼ਰ ਨਹੀਂ ਹੋ ਸਕਿਆ ਤੇ ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮਜਬੂਰੀ ਜਿਹੜੇ ਸੇਵਾਦਾਰ ਅੱਗੇ ਸੇਵਾ ਕਰਦੇ ਨੇ ਖਾਸ ਕਰਕੇ ਭਾਈ ਲਖਜੀਤ ਸਿੰਘ ਹੋਣੀ ਲਖਜੀਤ ਸਿੰਘ ਸਾਹਨੀ ਭਾਈ ਜਸਪਾਲ ਸਿੰਘ ਹੋਣੀ ਮੈਂ ਵੇਖਿਆ ਭਾਈ ਸਾਹਿਬ ਉਹਨਾਂ ਨੂੰ ਬਹੁਤ ਫਿਰ ਸੰਗਤ ਦੇ ਤਰਲੇ ਹੀ ਕਰਨੇ ਪੈਂਦੇ ਨੇ ਹਰ ਕੋਈ ਨਹੀਂ ਨਾ ਸਮਝਦਾ ਵੀ ਸਿਹਤ ਠੀਕ ਨਹੀਂ ਜਾਂ ਮਜਬੂਰੀ ਹੋ ਗਈ ਫਿਰ ਸਿੱਧੇ ਹੀ ਕਹਿੰਦੇ ਜੇ ਆਉਣਾ ਹੀ ਨਹੀਂ ਸੀ ਦੱਸਿਆ ਟਾਈਮ ਕਿਉਂ ਦਿੱਤਾ ਸੀ ਇੱਦਾਂ ਦਾ ਕੁਝ ਬੜਾ ਹੁੰਦਾ ਹੈ ਪਰ ਮੈਂ ਉਹਨਾਂ ਸੇਵਾਦਾਰਾਂ ਤੋਂ ਵੀ ਸੰਗਤ ਤੋਂ ਤੇ ਮੈਂ ਮਾਫ਼ੀ ਚਾਹੁੰਦਾ ਹੀ ਹਾਂ ਉਹਨਾਂ ਸੇਵਾਦਾਰਾਂ ਤੋਂ ਵੀ ਜਿਨ੍ਹਾਂ ਨੂੰ ਸੰਗਤ ਤੋਂ ਮਾਫ਼ੀਆਂ ਮੰਗਣੀਆਂ ਪਈਆਂ ਮੈਂ ਮਾਫ਼ੀ ਚਾਹੁੰਦਾ ਤੁਹਾਡੀ ਬੜੀ ਵੱਡੀ ਸੇਵਾ ਹੈ ਪਰ ਮਜਬੂਰੀਆਂ ਕਈ ਵਾਰੀ ਐਸੀਆਂ ਹੋ ਜਾਂਦੀਆਂ ਸੋ ਆਓ ਬਾਕੀ ਸਾਰੀਆਂ ਸੰਗਤਾਂ ਨੇ ਇਹ ਜਿਹੜੇ ਦੀਵਾਨ ਨੇ 12 ਦੀਵਾਨ ਨੇ ਤਕਰੀਬਨ 8-9-10 ਦਿਨਾਂ ਦੇ ਵਿੱਚ 15 ਨੂੰ ਵਾਪਸ ਮੈਂ ਜਾਣਾ ਹੈ ਸਾਰਿਆਂ ਨੇ ਰਲ ਮਿਲ ਕੇ ਆਪਾਂ ਹਾਜ਼ਰੀ ਭਰਨੀ ਹੈ ਅੰਮ੍ਰਿਤ ਛਕਣ ਵਾਸਤੇ ਸਾਰੀ ਸੰਗਤ ਨੂੰ ਮੇਰੀ ਬੇਨਤੀ ਵੱਧ ਤੋਂ ਵੱਧ ਗੁਰੂ ਵਾਲੇ ਬਣੋ ਸਿੰਘ ਸਜੋ ਤੇ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਸਤਿਕਾਰ ਕਰਨਾ ਬਣਦਾ ਹੈ ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਪੰਥ ਦੀ ਸੇਵਾਵਾਂ ਕਿਉਂਕਿ ਆਪਣੇ ਆਪਣੇ ਤਰੀਕਿਆਂ ਨਾਲ ਸਭ ਕਰਦੇ ਸਭ ਚੰਗੇ ਨੇ ਜਿਹੜੇ ਜਿਵੇਂ ਵੀ ਲੱਗੇ ਹੋਏ ਨੇ ਆਪਣੇ ਆਪਣੇ ਢੰਗ ਨਾਲ ਸਵਾਉ ਗੁਰੂ ਵਾਲੇ ਬਣੀਏ ਸਿੰਘ ਸਜੀਏ ਬਾਣੀ ਬਾਣੇ ਵਿੱਚ ਪਰਪੱਕ ਹੋਈਏ ਕੋਈ ਰਸਨਾ ਹੁਣ ਵਾਂਝੀ ਨਾ ਰਵੇ ਪਹਿਲਾਂ ਆਪਾਂ ਬੋਲੋ ਗੁਰੂ ਸਤੋਤਰ ਫਿਰ ਆਪਾਂ ਅਰਦਾਸ ਕਰਾਂਗੇ ਫਿਰ ਸਾਰਿਆਂ ਨੇ ਹੁਕਮਨਾਮੇ ਸੁਣ ਕੇ ਸਤਿਗੁਰੂ ਜੀ ਦੇ ਸੁੱਖ ਆਸਨ ਦੀ ਸੇਵਾ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ ਸਾਰੀ ਸੰਗਤ ਦੇ ਚਰਨਾਂ ਚ ਬੇਨਤੀ ਹੈ ਕਿ ਗੱਜ ਕੇ ਆਪ ਜੀ ਹੁਣ ਗੁਰੂ ਸਤੋਤਰ ਚ ਬੋਲਿਓ ਪਹਿਲੇ ਹਿੱਸੇ ਚ ਦਾਸ ਬੋਲੇਗਾ ਫਿਰ ਸਭ ਭਾਈ ਫਿਰ ਸਭ ਭੈਣਾਂ ਆਏ ਹੋਏ ਮਹਾਂਪੁਰਖ ਬਾਬਾ ਜੀ ਜੋ ਕਿ ਜੈਨ ਤੋਂ ਆਏ ਨੇ ਮਹਾਂਪੁਰਖ ਬਾਬਾ ਸਕੱਤਰ ਸਿੰਘ ਜੀ ਆਏ ਨੇ ਉਹ ਵੀ ਸਟੇਜ ਤੇ ਸਭਾਏਮਾਨ ਨੇ ਉਹਨਾਂ ਦਾ ਵੀ ਧੰਨਵਾਦ ਹੋਰ ਵੀ ਜਿੰਨੇ ਵੀ ਗੁਰੂ ਪਿਆਰੇ ਸਵਾਰੇ ਆਏ ਸਭ ਦਾ ਧੰਨਵਾਦ ਗੱਜ ਕੇ ਸਾਰੀ ਸੰਗਤ ਹੁਣ ਗੁਰੂ ਸਤੋਤਰ ਚ ਬੋਲੋ ਫਿਰ ਅਨੰਦ ਸਾਹਿਬ ਫਿਰ ਅਰਦਾਸਾਂ ਸਾਰੇ ਗੱਜ ਕੇ ਕੋਈ ਰਸਨਾ ਵਾਂਝੀ ਨਾ ਰਵੇ ਗੂੰਜਾ ਪਾ ਦਿਓ ਪਿਆਰਿਓ ਕੱਲ ਦੇ ਦੀਵਾਨ ਵਿੱਚ ਫਿਰ ਇਸੇ ਤਰ੍ਹਾਂ ਹਾਜ਼ਰੀਆਂ ਭਰਾਂਗੇ ਸਾਰੀ ਸੰਗਤ ਨੇ ਰਲ ਮਿਲ ਕੇ ਸਤਿਗੁਰੂ ਦੇ ਚਰਨਾਂ ਚ ਆ ਕੇ ਦਰਸ਼ਨ ਦੇਣੇ ਨੇ ਅੰਮ੍ਰਿਤ ਛਕਣ ਲਈ ਜ਼ਰੂਰ ਤਿਆਰੇ ਕਰੋ ਸਿੰਘ ਸੱਜ ਕੇ ਗੁਰੂ ਵਾਲੇ ਬਣ ਕੇ ਆਪਣਾ ਜਨਮ ਸਫਲਾ ਕਰੀਏ ਉਹਨਾਂ ਤਮਾਮ ਭੁੱਲਾਂ ਦੀ ਆਪ ਜੀ ਨੇ ਖਿਮਾ ਕਰ ਦੇਣੀ ਸਾਰੀ ਸੰਗਤ ਗੱਜ ਕੇ ਪੜੋ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ ਬੋਲੋ ਧੰਨ ਹੈ।
ਗੁਰੂ ਅਮਰਦਾਸ ਜੀ ਧੰਨ ਹੈ ਜਪੋ ਨਾਮ ਕਲੀ
एक ओंकार सतगुर प्रसाद आनंद पाया मेरी।